ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਬਹਾਨ ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌਂ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਬਿਲਕੁਲ ਜੀ ਬਹੁਤ ਲੰਮੀ ਕਤਾਰ ਸਾਡੇ ਵਰਗਿਆਂ ਦੀ ਔਰ ਸਾਡੇ ਸਾਥੀ ਜਿਹੜੇ ਬਿਲਕੁਲ ਗਰਾਸ ਰੂਟਸ 'ਤੇ ਕੰਮ ਕਰਦੇ ਨੇ ਤੋ ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਮੈਂ ਯਾਨੀ ਅਨੂ ਔਰ ਭਾਰਤੀ ਜੀ ਇਹ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਇੱਕ ਵਾਰ ਫਿਰ ਮੁਖਾਤਬ ਹਾਂ ਭਾਰਤੀ ਜੀ ਦਾ ਵੀ ਸਵਾਗਤ ਹੈ ਸਟੂਡੀਓ ਵਿੱਚ ਦੋਸਤੋ ਸਲਾਮ ਆਖਦਾ ਤੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਪਿਛਲੇ ਦੋ ਤਿੰਨ ਹਫ਼ਤਿਆਂ ਤੋਂ ਅਸੀਂ ਇੱਕ ਜਿਹੜਾ ਲੜੀਵਾਰ ਸਿਲਸਿਲਾ ਸ਼ੁਰੂ ਕੀਤਾ ਹੈ ਕਿ ਭਾਰਤ ਪੰਜਾਬ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਖੱਬੇ ਪੱਖੀ ਲੋਕ ਪੱਖੀ ਪਾਰਟੀਜ਼ ਦੇ ਜਿਹੜੇ ਕੈਂਡੀਡੇਟਸ ਨੇ ਉਮੀਦਵਾਰ ਨੇ ਉਹਨਾਂ ਨੂੰ ਅਸੀਂ ਤੁਹਾਡੇ ਰੂਬਰੂ ਕੀਤਾ ਤੋ ਅੱਜ ਵੀ ਉਸੇ ਲੜੀ ਵਿੱਚ ਹੀ ਅਸੀਂ CPIML ਲਿਬਰੇਸ਼ਨ ਦੇ ਜਿਹੜੇ ਮਾਨਸਾ ਹਲਕਾ ਤੋਂ ਉਮੀਦਵਾਰ ਨੇ ਕਾਮਰੇਡ ਰਣਜੀਤ ਸਿੰਘ ਧਾਮਕੋਟ ਕਾਫੀ ਸਾਲਾਂ ਤੋਂ ਲਗਾਤਾਰ ਉਹ ਆਪਣੇ ਪਿੰਡ ਦੇ ਸਰਪੰਚ ਵੀ ਨੇ ਤੋ ਅਸੀਂ ਪਿਛਲੇ ਹਫ਼ਤੇ ਜ਼ਿਕਰ ਵੀ ਕੀਤਾ ਸੀ ਜਦੋਂ ਅਸੀਂ ਸਾਥੀ ਸੁਖਦਰਸ਼ਨ ਨਾਥ ਹੋਰਾਂ ਨਾਲ ਗੱਲਬਾਤ ਕਰ ਰਹੇ ਸੀ ਕਿ ਅਸੀਂ ਰਣਜੀਤ ਸਿੰਘ ਹੋਰਾਂ ਨਾਲ ਗੱਲਬਾਤ ਕਰਾਂਗੇ ਔਰ ਖਾਸ ਤੌਰ 'ਤੇ ਉਹ ਹੁਣ ਤੱਕ ਆਪਣੇ ਪਿੰਡ ਵਿੱਚ ਐਜ਼ ਸਰਪੰਚ ਜਿੰਨੇ ਕੰਮ ਕਰ ਚੁੱਕੇ ਨੇ ਉਹ ਅਸੀਂ ਉਹਨਾਂ 'ਤੇ ਫੋਕਸ ਰੱਖਾਂਗੇ ਔਰ ਜਿਹੜੀਆਂ ਇਲੈਕਸ਼ਨਸ ਨੇ ਅਗਰ ਉਹ MLA ਇਲੈਕਟ ਹੁੰਦੇ ਆ ਸਾਨੂੰ ਵੈਸੇ ਬਹੁਤ ਐਕਸਾਈਟਮੈਂਟ ਹੈ ਔਰ ਪੂਰੀ ਉਮੀਦ ਹੈ ਕਿ ਇਸ ਤਰ੍ਹਾਂ
ਦੇ ਜਿਹੜੇ ਵਿਅਕਤੀ ਆਲਰੇਡੀ ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਨੇ ਉਹਨਾਂ ਨੂੰ ਬਿਲਕੁਲ ਹੀ ਇਸ ਤਰ੍ਹਾਂ ਦੇ ਅਹੁਦੇ ਮਿਲਣੇ ਚਾਹੀਦੇ ਨੇ ਤਾਂ ਕਿ ਉਹ ਇੱਕ ਵੱਡੇ ਲੈਵਲ 'ਤੇ ਜਿਹੜੇ ਲੋਕ ਵੱਖੀ ਕੰਮ ਨੇ ਉਹ ਕਰ ਸਕਣ। ਤੋ ਅੱਜ ਉਹਨਾਂ ਨਾਲ ਇਹ ਗੱਲਬਾਤ ਵੀ ਕਰਾਂਗੇ ਕਿ ਉਹ ਕਿਸ ਤਰ੍ਹਾਂ ਦੇ ਕੰਮ ਕਰਨਗੇ, ਕੀ ਰੁਝਾਨ ਰਹੇਗਾ ਅਗਰ ਉਹ ਇਸ ਚੋਣ ਵਿੱਚ ਜਿੱਤਦੇ ਨੇ। ਤੋ ਇੱਕ ਵਾਰ ਫਿਰ ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਅਸੀਂ ਅੱਜ ਗੱਲਬਾਤ ਕਰਾਂਗੇ ਕਾਮਰੇਡ ਰਣਜੀਤ ਸਿੰਘ ਜੋ ਕਿ ਧਾਮਕੋਟ ਪਿੰਡ ਦੇ ਕਾਫੀ ਸਾਲਾਂ ਤੋਂ ਸਰਪੰਚ ਨੇ ਔਰ ਇਸ ਵਕਤ ਹਲਕਾ ਮਾਨਸਾ ਤੋਂ ਉਹ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਉਮੀਦਵਾਰ ਨੇ CPIML ਲਿਬਰੇਸ਼ਨ ਜਿਹੜੀ ਪਾਰਟੀ ਹੈ ਉਸ ਪਾਰਟੀ ਵੱਲੋਂ। ਤੋ ਸਾਥੀ ਰਣਜੀਤ ਸਿੰਘ ਜੀ, ਤੁਹਾਡਾ ਤਹਿ ਦਿਲੋਂ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਹਾਂਜੀ, ਹੈਲੋ ਜੀ, ਤੁਸੀਂ ਰੇਡੀਓ ਤੇ ਇਸ ਵਕਤ ਸਾਰੇ ਸਰੋਤੇ ਤੁਹਾਡੀ ਆਵਾਜ਼ ਸੁਣ ਰਹੇ ਨੇ, ਸੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਰੇਡੀਓ ਪ੍ਰੋਗਰਾਮ ਵਿੱਚ। ਅੱਛਾ ਸਾਥੀ ਜੀ, ਜਿਹੜੇ ਸਾਡੇ ਸਰੋਤੇ ਸੁਣ ਰਹੇ ਨੇ ਉਹਨਾਂ ਨੂੰ ਦੱਸੋ ਕਿ ਤੁਸੀਂ CPIML ਵੱਲੋਂ ਲਿਬਰੇਸ਼ਨ ਵੱਲੋਂ ਕਿਸ ਏਰੀਏ ਦੇ ਵਿੱਚ ਤੁਸੀਂ ਕੈਂਡੀਡੇਟ ਐਜ਼ ਏ ਚੋਣਾਂ ਦੇ ਵਿੱਚ ਕੈਂਡੀਡੇਟ ਖੜੇ ਹੋ ਜੀ? ਤੁਹਾਡੇ ਸਾਥੀਆਂ ਦਾ ਪ੍ਰੋਗਰਾਮ ਹੈ ਆ। ਸੋ ਸਾਥੀ ਜੀ, ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਜੋ ਤੁਹਾਡੀ ਇੰਟਰੋਡਕਸ਼ਨ ਦਿੱਤੀ ਹੈ ਕਿ ਤੁਹਾਡੇ ਵਰਗੇ ਜਿਹੜੇ ਲੋਕ ਪੱਖੀ ਜਿਹੜੇ ਲੋਕਾਂ ਦੇ ਵਾਸਤੇ ਜੁਝਾਰੂ ਸੰਘਰਸ਼ ਕਰਦੇ ਨੇ, ਤੁਸੀਂ ਕਈ ਸਾਲਾਂ ਦੇ ਵਿੱਚ ਆਪਣੇ ਪਿੰਡ ਦੇ ਸਰਪੰਚ ਰਹੇ ਹੋ, ਔਰ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝਾ ਕਰੋ ਕਿ ਤੁਸੀਂ ਆਪਣੀ ਜਦੋਂ ਸਰਪੰਚੀ ਦੇ ਤਹਿਤ ਤੁਸੀਂ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਕੀਤੇ? ਜਦੋਂ ਦੇ ਜੀ ਅਸੀਂ ਸਰਪੰਚ ਬਣਿਆ ਜੀ, ਪਹਿਲਾਂ ਅਸੀਂ ਨਵੇਂ ਦੇ ਨਵੇਂ ਪਾਰਟੀ ਦੇ ਮੈਂਬਰ ਜਿੱਤੇ ਸੀ ਜੀ ਪਲਾਨ 'ਚ, ਤੇ ਉਦੋਂ ਅਸੀਂ ਸਾਡੀ ਜਿਹੜੀ ਜ਼ਮੀਨ ਸੀ ਪਿੰਡ ਦੀ ਜੀ ਬਹੁਤ ਸਸਤੀ ਸਰਕਾਰ ਨੇ ਖੋਹੀ ਸੀ, ਤੇ ਸਾਡਾ ਪੈਸਾ ਵੀਡੀਓ ਖਾ ਗਈ ਸੀ, ਅਸੀਂ ਸੰਘਰਸ਼ਾਂ ਦੇ ਜ਼ੋਰ ਤੇ ਉਹ ਸਾਰਾ ਪੈਸਾ ਮੜਵਾਇਆ ਜੀ। ਪੈਸਾ ਮੜਵਾ ਕੇ ਪਿੰਡ ਦੇ ਵਿੱਚ ਅਸੀਂ ਇੱਕ ਆਧੁਨਿਕ ਸੰਸਕਾਰ ਭੱਠੀ ਲਾਈ ਹੋਈ ਹੈ ਜੀ, ਤੇ ਜਿਹਦੇ ਦਾ ਬਹੁਤ ਘੱਟ ਖਰਚਾ ਹੁੰਦਾ ਜੀ ਸੰਸਕਾਰ ਕਰਨ ਤੇ, ਸਿਰਫ 70 ਕਿਲੋ ਲੱਕੜਾਂ ਹੀ ਮਲਦੀਆਂ ਜੀ, ਨਾਲੇ ਪ੍ਰਦੂਸ਼ਣ ਤੋਂ ਬਚਤ ਹੁੰਦੀ ਹੈ ਜੀ। ਤੇ ਪਿੰਡ ਦੇ ਵਿੱਚ ਫਿਰਨੀ ਵਗੈਰਾ ਜਿਹੜੀ ਬਹੁਤ ਸਾਲਾਂ ਤੋਂ ਬਹੁਤ ਚਿੱਕੜ ਰਹਿੰਦਾ ਸੀ ਜੀ, ਉਹ ਅਸੀਂ ਨਰੇਗਾ ਤਹਿਤ ਕੰਮ ਕਰਕੇ ਜੀ ਫਿਰਨੀ ਦਾ ਸਾਰੀ ਪੱਕੀ ਕਰੀ ਹੈ ਜੀ, ਤੇ ਨਰੇਗਾ ਦੇ ਵਿੱਚ ਪੂਰੇ ਪਿੰਡ ਦੇ 621 ਕਾਰਡ ਬਣਾਏ ਹੋਏ ਆ ਜੀ ਮਨਰੇਗਾ ਦੇ, ਤੇ ਸਾਰੇ ਪਿੰਡ ਦੇ ਜੀ। ਸਾਡੇ ਪਿੰਡ ਦਾ ਇੱਕ ਵਿਖੱਲਣ ਗੱਲ ਇਹ ਹੈ ਜੀ, ਮੇਰੇ ਪਿੰਡ ਪੂਰੇ ਜ਼ਿਮੀਦਾਰਾਂ ਦੇ ਵੀ ਕਾਰਡ ਬਣੇ ਹੋਏ ਆ ਜੀ, ਜ਼ਿਮੀਦਾਰ ਵੀ ਕੰਮ ਤੇ ਆਉਂਦੇ ਨੇ ਮਨਰੇਗਾ ਦੇ ਕੰਮ ਤੇ ਜੀ। ਕੀ ਬਾਤ ਹੈ ਜੀ। ਤੇ ਉਹ ਹਾਂ ਜੀ ਜ਼ਿਮੀਦਾਰਾਂ ਦੇ ਕੰਮ ਦੇ ਆਉਣ ਕਰਕੇ ਜੀ, ਉਸ ਤੋਂ ਬਾਅਦ ਅਸੀਂ ਸਾਰੀ ਕਾਪੀਆਂ ਸਾਰੀ ਕਾਨਾਂ ਦੀਆਂ ਕਾਪੀਆਂ ਬਣਾਤੀਆਂ ਜੀ, ਮਨਰੇਗਾ ਚ ਬੰਦਾ 50 ਦਿਨ ਕੰਮ ਕਰ ਲਏ ਜੀ ਉਹਦੇ ਨਾਲ ਸਾਰੀ ਕਾਨਾਂ ਦੀ ਕਾਪੀ ਬਣ ਜਾਂਦੀ ਹੈ ਜੀ, ਉਹ 570 ਸਾਰੀ ਕਾਪੀਆਂ ਬਣਾਈਆਂ ਜੀ, ਜਿਹਦੇ ਤਹਿਤ ਮੈਂ ਪਿੰਡ ਦੇ ਵਿੱਚ 2014 ਦੀ ਲੋਹੜੀ ਨੂੰ ਜੀ ਦੀਵਾਲੀ ਨੂੰ ਜੀ 2014 ਦੀ ਦੀਵਾਲੀ ਨੂੰ 28 ਲੱਖ ਰੁਪਇਆ ਵੰਡਿਆ ਜੀ ਪਿੰਡ ਦੇ ਵਿੱਚ ਬੱਚਿਆਂ ਨੂੰ ਵਜ਼ੀਫਾ ਵੰਡਿਆ ਜੀ, ਤੇ ਗਾਹ 2015 ਦੀ ਲੋਹੜੀ ਨੂੰ 29 ਲੱਖ ਵਜ਼ੀਫਾ ਵੰਡਿਆ ਜੀ। ਵਾਹ ਹਾਂਜੀ। ਤੇ ਇੱਕ ਮਖੱਲਣ ਗੱਲ ਇਹ ਹੈ ਜੀ ਧਾਮਕੋਟ ਦੀ, ਇੱਕ ਗੌਰਮੈਂਟ ਦੀ ਸਕੀਮ ਆ 15,000 ਸਗਨ ਸਕੀਮ ਹੈ ਜੀ, ਗੌਰਮੈਂਟ ਦੀ ਸਕੀਮ ਆ ਉਹ ਜੀ, ਅਸੀਂ ਕਿਸਾਨਾਂ ਨੂੰ ਲੜਕੇ ਨੂੰ ਮਿਲਦੀ ਜੀ, ਉਹ ਮਜ਼ਦੂਰਾਂ ਨੂੰ ਲੜਕੇ ਨੂੰ ਮਿਲਦੀ ਹੈ, ਪਰ ਧਾਮਕੋਟ ਦੇ ਵਿੱਚ ਅਸੀਂ 2014 ਦੇ ਵਿੱਚ 7 ਕਿਸਾਨਾਂ ਦੀਆਂ ਇੰਡਸਟਰੀਆਂ ਨੂੰ ਸਾਰੀ ਕੰਮ ਦੇ ਤਹਿਤ 21,000 ਦੀ ਸਗਨ ਸਕੀਮ ਦਵਾਈ ਜੀ, 15 ਜਾ ਕੇ 31,000 ਦੀ ਸਗਨ ਸਕੀਮ ਦਵਾਈ ਜੀ। ਹਾਂਜੀ। ਤੇ
ਇਹਦੇ ਤਹਿਤ ਅਸੀਂ ਪੂਰੇ ਪਿੰਡ ਚ ਜਿਹੜਾ ਤਾਂ ਕਿ ਗਰੀਬਾਂ ਦਾ ਵਿਕਾਸ ਕਰਾਇਆ ਜੀ, ਜੇਬਾਂ ਚ ਪੈਸੇ ਦੇ ਗਰੀਬਾਂ ਦੇ, ਇਹ ਨੀ ਵੀ ਕੋਈ ਪੱਕੀ ਕਰਤੀ ਸੜਕ ਜਾਂ ਮਹੀ ਪੱਕੀ ਕਰਤੀ ਜੀ, ਲਾਹਾ ਦਿੱਤਾ ਜੀ ਮਜ਼ਦੂਰਾਂ ਨੂੰ ਤੇ ਕਿਸਾਨਾਂ ਨੂੰ ਜੀ। ਬਹੁਤ ਵਧੀਆ ਸਾਥੀ ਜੀ, ਅਸੀਂ ਜਦੋਂ ਤੁਹਾਡਾ ਨਾਂ ਲਿਸਟ ਦੇ ਉੱਪਰ ਆਇਆ ਸਾਨੂੰ ਇੰਨੀ ਖੁਸ਼ੀ ਹੋਈ ਕਿਉਂਕਿ ਤੁਹਾਡਾ ਨਾਂ ਤੁਹਾਡੇ ਪੇਂਡੂ ਪ੍ਰੋਫੈਸਰ ਬਲਵਿੰਦਰ ਸਿੰਘ ਚਾਹਲ ਸਾਡੇ ਦੋਸਤ ਨੇ, ਉਹ ਤੁਹਾਡੇ ਬਾਰੇ ਬਹੁਤ ਗੱਲਾਂ ਕਰਦੇ ਰਹਿੰਦੇ ਹੁੰਦੇ ਸੀ ਕਿਵੇਂ ਤੁਸੀਂ ਪਿੰਡ ਦਾ ਆਪਣੇ ਦਾ ਵਿਕਾਸ ਕੀਤਾ ਔਰ ਤੁਹਾਡੀ ਜਿਹੜੀ ਪਾਪੂਲੈਰਿਟੀ ਤੁਸੀਂ ਲੋਕਾਂ ਦੇ ਵਿੱਚ ਬਹੁਤ ਪ੍ਰਚਲਿਤ ਹੋ, ਲੋਕ ਤੁਹਾਡਾ ਬਹੁਤ ਸਤਿਕਾਰ ਕਰਦੇ ਨੇ। ਸਾਥੀ ਜੀ ਇੱਕ ਸਾਡੇ ਸਰੋਤਿਆਂ ਨਾਲ ਇੱਕ ਹੋਰ ਵੀ ਸਾਂਝ ਪਾਓ ਕਿਉਂਕਿ ਤੁਸੀਂ ਇੱਕ ਖੱਬੇ ਪੱਖੀ ਲਹਿਰ ਦੇ ਨਾਲ ਜੁੜੇ ਹੋਏ ਹੋ, ਪਰ ਜਿਹੜੀਆਂ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਪਾਵਰ ਦੇ ਵਿੱਚ ਵਾ ਉਹ ਓਪੋਜ਼ਿਟ ਖਾਸ ਕਰਕੇ ਅਕਾਲੀਆਂ ਦੀ ਰਹੀ ਹੈ, ਸੋ ਉਹ ਜਿਹੜੀ ਓਪੋਜ਼ਿਟ ਪਾਰਟੀ ਹੋਣ ਦੇ ਬਾਵਜੂਦ ਵੀ ਤੁਸੀਂ ਤੁਹਾਨੂੰ ਕਿਹੜੀ ਕਿਹੜੀਆਂ ਔਕੜਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਆਪਣੇ ਪਿੰਡ ਦੇ ਵਿੱਚ ਇਹ ਸਾਰੇ ਕੰਮ ਕਰਾਉਣ ਲਈ? ਸਾਰਿਆਂ ਨੂੰ ਵੱਡੀ ਔਕੜ ਤਾਂ ਜੀ ਐਤਕੀ ਬਹੁਤ ਜ਼ਿਆਦਾ ਇੱਕ ਸਾਲ ਤੋਂ ਸਾਹਮਣਾ ਕਰਨਾ ਪੈ ਰਿਹਾ, ਜਿਹੜੇ ਆਪਣੇ ਸਾਰੀ ਕੰਮਾਂ ਦੇ ਕਿਰਤੀਆਂ ਦੀਆਂ ਮੈਂ ਕਾਪੀਆਂ ਬਣਾਈਆਂ ਜੀ ਜੀ, ਤੇ ਉਹਨਾਂ ਨੂੰ ਮੈਂ ਪੂਰੇ ਇਲਾਕੇ ਚ ਚਲਾਇਆ, 10-12 ਪਿੰਡਾਂ ਚ ਚਲਾਇਆ, ਤੇ ਉਹਨਾਂ ਨੂੰ ਉਹਨਾਂ ਦੇ ਫਾਰਮ ਭਰਨੇ, ਉਹਨਾਂ ਨੂੰ ਵਜ਼ੀਫਾ ਦਵਾਉਣਾ, ਉਹਨਾਂ ਨੂੰ ਸਗਨ ਸਕੀਮਾਂ ਦਵਾਉਣੀਆਂ, ਮ੍ਰਿਤਕਾਂ ਦੇ ਪੈਸੇ ਦਵਾਉਣੇ, ਇਹਨਾਂ ਸਰਕਾਰ ਨੇ ਕੀਤਾ 9 ਮਹੀਨਿਆਂ ਤੋਂ ਲੈ ਕੇ ਮੇਰੇ ਪੂਰੇ ਕੰਮ ਤੇ ਜਾਮ ਲਾਤਾ ਇਹਨਾਂ ਨੇ, ਜਾਮ ਲਾਤਾ ਜਦੋਂ ਅਸੀਂ ਡੀਸੀ ਸਾਹਿਬ ਨੂੰ ਮਿਲੇ ਪੂਰੀਆਂ ਜਥੇਬੰਦੀਆਂ, ਇਸ ਜਾਂਦਾ ਪਿੰਡਾਂ ਚ ਜਾ ਕੇ ਲੋਕਾਂ ਨੇ ਫਾਰਮ ਭਰਦਾ, ਕਾਪੀ ਬਣਾਉਂਦਾ, ਸਹੂਲਤਾਂ ਦਿੰਦਾ, ਜਾ ਕੇ ਲਿਆਉਂਦਾ ਵੀ ਸਰਕਾਰ ਦੀਆਂ ਸਕੀਮਾਂ ਨੇ ਵੀ ਤੁਸੀਂ ਕਿਉਂ ਪਾਬੰਦੀ ਲਾਈ ਹੈ। ਤਾਂ ਡੀਸੀ ਸਾਹਿਬ ਬੋਲਿਆ, ਕਹਿੰਦਾ ਜੀ ਮੈਂ ਨੀ ਪਾਬੰਦੀ ਲਾਈ, ਸੀ ਆਈ ਡੀ ਦੀ ਰਿਪੋਰਟ ਕਹਿੰਦੀ ਹੈ ਵੀ ਸਰਪੰਚ ਪਿੰਡਾਂ ਦੇ ਵਿੱਚ ਹੀਰੋ ਬਣਦਾ ਫਿਰਦਾ, ਇਹ ਸੱਤਾਧਾਰੀਆਂ ਦੀ ਵੋਟ ਨੂੰ ਧੱਕਾ ਲਾ ਰਿਹਾ, ਤਾਂ ਕਰਕੇ ਤੁਹਾਡੇ ਕੰਮਾਂ ਤੇ ਪਾਬੰਦੀ ਲੱਗੀ ਹੈ। ਆਪਣੇ ਕੰਮਾਂ ਤੇ 9 ਮਹੀਨੇ ਇਹਨਾਂ ਨੇ ਪਾਬੰਦੀ ਲਾ ਕੇ ਰੱਖੀ ਜੀ, ਜਿਹਦੇ ਤਹਿਤ ਐਤਕੀ ਮੇਰੇ ਪਿੰਡ ਦੇ ਵਿੱਚ ਵਜ਼ੀਫਿਆਂ ਦਾ, ਸਾਗਰ ਸਕੀਮਾਂ ਦਾ, ਮ੍ਰਿਤਕਾਂ ਦਾ, ਬਿਮਾਰੀਆਂ ਦਾ ਪੈਸਾ 1.25 ਕਰੋੜ ਰੁਪਇਆ ਵੰਡਿਆ ਜਾਣਾ ਸੀ ਜੀ, 500 ਦੇ ਕਰੀਬ ਸੈਂਕਲ ਵੰਡਿਆ ਜਾਣਾ ਸੀ ਸਕੀਮਾਂ ਦੇ ਉੱਤੇ, ਮੇਰੇ ਇਲਾਕੇ ਦੇ ਵਿੱਚ 8 ਕਰੋੜ ਰੁਪਇਆ ਵੰਡਿਆ ਜਾਣਾ ਸੀ, ਜਿਹੜਾ ਇਹਨਾਂ ਨੇ ਪੂਰੇ ਦਾ ਪੂਰਾ ਜਾਮ ਕਰਕੇ ਰੱਖਿਆ, ਮੀਟਿੰਗ ਨੀ ਹੋਣ ਦਿੱਤੀ, ਉਹ ਉਹਦਾ ਚੇਅਰਮੈਨ SDM ਸਾਹਿਬ ਹੁੰਦੇ ਨੇ ਜੀ, ਮੀਟਿੰਗ ਕਰਨੀ ਹੁੰਦੀ ਹੈ, ਇਹਨਾਂ ਨੇ ਇੰਨੀ ਧੱਕੇਸ਼ਾਹੀ ਕੀਤੀ ਹੈ ਵੀ ਮੀਟਿੰਗ ਨਾ ਹੋਣ ਦਿੱਤੀ, ਅਸੀਂ ਮੁਜ਼ਾਹਰੇ ਵੀ ਕੀਤੇ, ਅਸੀਂ ਹੈੱਡਕੁਆਰਟਰ ਲੈ ਜਾ ਕੇ ਸਾਰੇ ਸਾਰੇ ਕੰਮ ਇਕੱਠੇ ਕਰਕੇ, ਤੇ ਬਸ ਲਾਰਾ ਲਾ ਕੇ ਇਹਨੂੰ ਟਾਲਦੇ ਰਹੇ, ਚਲੋ ਜੀ ਹੁਣ ਜਾਬਤਾ ਲੱਗ ਗਿਆ। ਇਸ ਟਾਈਪ ਦੀਆਂ ਧੱਕੇ ਸਾਈਆਂ ਇਹਨਾਂ ਨੇ ਸਾਡੇ ਲੜਨ ਵਾਲੇ ਲੋਕਾਂ ਨਾਲ ਕੀਤੀਆਂ, ਤੇ ਅਸੀਂ ਸਾਡੀ ਪਾਰਟੀ CPIML ਵੱਲੋਂ ਜੋ ਸਾਡੀ ਜਥੇਬੰਦੀ ਆ ਪੰਜਾਬ ਕਿਸਾਨ ਯੂਨੀਅਨ, ਉਹਦੇ ਅਸੀਂ ਧਰਨਾ ਲਾ ਕੇ ਰੱਖਿਆ ਜੀ, ਘੱਟੋ ਘੱਟ ਜੀ 8 ਮਹੀਨੇ ਲਗਾਤਾਰ ਮਾਨਸਾ ਕਚਹਿਰੀਆਂ ਚ ਧਰਨਾ ਲਾਇਆ ਵੀ ਕਿਸਾਨਾਂ ਦਾ ਕਰਜ਼ਾ ਮਾਫ਼ ਹੋਵੇ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਤੇ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਗਰੰਟੀ ਹੋਵੇ, ਤੇ ਵੀ ਹਰ ਇੱਕ ਮਜ਼ਦੂਰ ਨੂੰ ਪਲਾਟ ਤੇ ਘਰ ਬਣਾ ਕੇ ਦਿੱਤਾ ਜਾਵੇ। ਹੋਰ ਤਾਂ ਕੀ ਕਰਨਾ ਸੀ, ਸਾਨੂੰ ਮੁੱਖ ਮੰਤਰੀ ਸਾਹਿਬ ਨੇ ਬੁਲਾਇਆ ਵੀ ਨੀ, ਇੱਕ ਵਾਰ ਮੀਟਿੰਗ ਵੀ ਨੀ ਕਰੀ, ਬੁਲਾਇਆ ਤਾਂ ਕਹਿੰਦਾ ਵੀ ਲਾਈਨ ਚ ਲੱਗੋ, ਲਾਈਨ ਚ ਲੱਗੋ ਜਿੱਥੇ ਲੋਕਾਂ ਦੀ ਲਾਈਨ ਲੱਗੀ ਖੜੀ ਸੀ ਮਿਲਣ ਵਾਲਿਆਂ ਦੀ, ਸਾਡੇ ਲੀਡਰ ਕਹਿੰਦੇ ਵੀ ਕੋਈ ਅਸੀਂ ਨੀ ਕਰਾਉਂਦਾ, ਅਸੀਂ ਜਨਤਾ ਖਾਤਰ ਆਏ ਹਾਂ, ਜੇ ਟੇਬਲ ਤੇ ਬਹਿ ਕੇ ਗੱਲ ਕਰੇਗਾ ਤਾਂ ਅਸੀਂ ਗੱਲ ਕਰ ਲਾਂਗੇ, ਨਹੀਂ ਅਸੀਂ ਲਾਈਨ ਚ ਨੀ ਲੱਗਦੇ। ਬਿਲਕੁਲ ਬਿਲਕੁਲ ਬਿਲਕੁਲ, ਮੈਂ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਤੁਸੀਂ ਇੰਟਰਨੈਟ 'ਤੇ ਤਾਮਕੋਟ ਜੇ ਤੁਸੀਂ ਗੂਗਲ 'ਤੇ ਟਾਈਪ ਕਰੋ ਤਾਂ ਤੁਹਾਨੂੰ ਖੁਦ ਇਸ ਗੱਲਾਂ ਦਾ ਅੰਦਾਜ਼ਾ ਹੋ ਜਾਊਗਾ ਕਿ ਕਿਸ ਤਰੀਕੇ ਨਾਲ ਇਹ ਪਿੰਡ ਪੰਜਾਬ ਦੇ ਵਿੱਚ ਵਧੀਆ ਪਿੰਡਾਂ ਦੇ ਵਿੱਚੋਂ ਗਿਣਿਆ ਜਾਂਦਾ ਹੈ। ਔਰ ਸਾਥੀ ਜੀ ਸਰੋਤਿਆਂ ਨੂੰ ਇਹ ਦੱਸੋ ਕਿ ਤੁਹਾਨੂੰ ਕਿਹੜੇ ਕਿਹੜੇ ਅਵਾਰਡ ਜਿਹੜੇ ਨੇ ਉਹ ਇਹ ਚੰਗੀ ਕਾਰਗੁਜ਼ਾਰੀ ਬਾਰੇ ਸਾਰੇ ਪਿੰਡ ਨੂੰ ਮਿਲ ਚੁੱਕੇ ਨੇ? ਹਾਂਜੀ, ਜਿਹੜਾ ਪਹਿਲਾਂ ਮਿਲਿਆ ਜੀ ਆਪਾਂ ਨੂੰ ਪੰਚਾਇਤ ਸਸ਼ਤੀਕਰਨ ਅਵਾਰਡ ਜੀ, ਉਹਦੇ ਵਿੱਚ ਅਵਾਰਡ ਮਿਲਿਆ
ਤੇ ਆਪਾਂ ਨੂੰ 5 ਲੱਖ ਇਨਾਮ ਮਿਲਿਆ। ਬਹੁਤ ਵਧੀਆ ਜੀ। ਮੇਰਾ ਅਵਾਰਡ ਮਿਲਿਆ ਜੀ ਮਨਰੇਗਾ ਦਾ। ਮਨਰੇਗਾ ਦਾ ਅਵਾਰਡ ਮਿਲਿਆ, ਮਨਰੇਗਾ ਦੇ ਵਿੱਚ 3.5 ਲੱਖ ਪੰਚਾਇਤਾਂ ਪੂਰੇ ਇੰਡੀਆ ਦੇ ਵਿੱਚ ਜੀ, ਉਹਦੇ ਵਿੱਚੋਂ 10 ਪੰਚਾਇਤਾਂ ਕੱਢੀਆਂ ਜੀ, 10 ਪੰਚਾਇਤਾਂ ਦੇ ਵਿੱਚੋਂ ਆਪਾਂ 3 ਨੰਬਰ ਤੇ ਆਏ ਜੀ। ਉੱਥੇ ਸਾਡਾ ਦਿੱਲੀ ਦੇ ਵਿੱਚ ਸਦ ਕੇ ਸਨਮਾਨ ਹੋਇਆ ਜੀ। ਉਸ ਤੋਂ ਬਾਅਦ ਆਪਾਂ ਨੂੰ ਅਵਾਰਡ ਮਿਲਿਆ ਰਾਸ਼ਟਰੀ ਗੌਰਵ ਗ੍ਰਾਮ ਸਭਾ ਅਵਾਰਡ ਦਿੱਤਾ ਗਿਆ ਜੀ, ਤੇ ਉਹ 10 ਲੱਖ ਇਨਾਮ ਦਿੱਤਾ ਗਿਆ ਜੀ। ਤੇ ਉਹ ਗ੍ਰਾਮ ਸਭਾਵਾਂ ਦਾ ਅਵਾਰਡ ਹੁੰਦਾ ਜੋ ਪਿੰਡ ਪਿੰਡ ਦਾ ਕੰਮ ਅਸੀਂ ਪੰਚਾਇਤ ਰਾਹੀਂ ਨਹੀਂ ਕਰਦੇ, ਕੋਈ ਵੀ ਕੰਮ ਪੰਚਾਇਤ ਰਾਹੀਂ ਨਹੀਂ ਕਰਦੇ, ਅਸੀਂ ਪੂਰੇ ਪਿੰਡ ਗ੍ਰਾਮ ਸਭਾ ਦੀਆਂ ਹਰ ਸਾਲ 4 ਮੀਟਿੰਗਾਂ ਬੁਲਾਉਣੇ ਆ, ਜਿਹਦੇ ਵਿੱਚ ਪੂਰਾ ਸਪੀਕਰ ਲੱਗਦਾ ਹੈ, ਸਪੀਕਰ ਲਾ ਕੇ ਸਰਪੰਚ ਤੇ ਪੂਰੀ ਪੰਚਾਇਤ ਅਸੀਂ ਮੂਹਰੇ ਬਹਿੰਦੇ ਆ, ਜਨਤਾ ਪੰਡਾਲ ਚ ਬਹਿੰਦੀ ਹੈ, ਜਨਤਾ ਨੂੰ ਮਾਇਕ ਫੜਾਇਆ ਜਾਂਦਾ, ਜਨਤਾ ਆਪਦੇ ਸਮੱਸਿਆਵਾਂ ਦੱਸਦੀ ਹੈ, ਅਸੀਂ ਉਹਦਾ ਹੱਲ ਕਰਦੇ ਹਾਂ। ਉਹਨਾਂ ਨੂੰ ਕਹਿ ਕੇ ਵੀ ਅੱਜ ਖੁੱਲ੍ਹ ਕੇ ਇਤਿਹਾਸ ਕੱਢੋ, ਜੋ ਸਾਡੀ ਗਲਤੀ ਹੈ ਅੱਜ ਤੁਸੀਂ ਕੋਈ ਕਿਸੇ ਕਿਸਮ ਦੀ ਚੇਤ ਨਾ ਮੰਨੋ, ਉਹ ਗਲਤੀ ਨੂੰ ਅੱਜ ਸਾਰੇ ਆਮ ਸਾਰੇ ਲੋਕਾਂ ਦੇ ਸਾਹਮਣੇ ਰੱਖੋ, ਅਸੀਂ ਉਹਦਾ ਜਵਾਬ ਦੇਵਾਂਗੇ ਪੂਰੇ ਪਾਰਦਰਸ਼ੀ ਢੰਗ ਨਾਲ, ਪੂਰੀਆਂ ਗਰੰਟਾਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਵੀ ਆਹ ਕੰਮ ਤੇ ਇੰਨਾ ਪੈਸਾ ਆਇਆ, ਇਹ ਅਸੀਂ ਇੱਥੇ ਲਾ ਰਹੇ ਹਾਂ, ਆਹ ਜਿਹੜੀ ਆਪਣੀ ਪੰਚਾਇਤੀ ਆਮਦਨ ਹੋਈ ਹੈ ਇਹ ਇੱਥੇ ਲਾ ਰਹੇ ਹਾਂ ਜੀ, ਇਹ ਸਾਰਾ ਸਮਝੋ ਸਿਸਟਮ ਗ੍ਰਾਮ। ਤਾਂਹੀਓ ਆਪਾਂ ਨੂੰ ਜਿਹੜਾ ਰਾਸ਼ਟਰੀ ਗੌਰਵ ਗ੍ਰਾਮ ਅਵਾਰਡ ਮਿਲਿਆ ਜੀ, ਉਹ ਆਪਣੇ ਗ੍ਰਾਮ ਸਭਾ ਅਵਾਰਡ ਵੀ ਆਪਾਂ ਨੂੰ ਇਸੇ ਕਰਕੇ ਮਿਲਿਆ ਵੀ ਪੂਰਨ ਢੰਗ ਨਾਲ ਸਹੀ ਬਕਾਇਦਾ ਮੂਵੀ ਬਣਦੀ ਹੈ ਜੀ, ਪੂਰੀ ਫੋਟੋ ਬਣਦੀ ਹੈ ਜੀ, ਤੇ ਸਾਰਾ ਰਿਕਾਰਡ ਰੱਖਿਆ ਜਾਂਦਾ ਜੀ, ਤੇ ਪੂਰੀ ਗਿਣਤੀ ਦੇ ਵਿੱਚ ਲੋਕ ਆਉਂਦੇ ਆ। ਹਰ ਇੱਕ ਸਰਪੰਚ ਦੀ ਅਫਸਰ ਦੀ ਇਹ ਸ਼ਿਕਾਇਤ ਆ ਵੀ ਅਸੀਂ ਗ੍ਰਾਮ ਸਭਾ ਤਾਂ ਬੁਲਾ ਲਈਏ ਪਰ ਜਨਤਾ ਨੀ ਇਕੱਠੀ ਹੁੰਦੀ, ਤੇ ਸਾਡਾ ਜਦੋਂ ਅਸੀਂ ਗ੍ਰਾਮ ਸਭਾ ਬੁਲਾਉਂਦੇ ਹਾਂ ਜੀ 50% ਤੋਂ ਉੱਪਰ ਵੋਟਰ ਆਉਂਦੇ ਨੇ ਸਾਡੇ, ਗਿਣਤੀ ਹੁੰਦੀ ਹੈ ਜੀ। ਬਹੁਤ ਵਧੀਆ, ਬਹੁਤ ਵਧੀਆ ਸਾਥੀ ਜੀ। ਔਰ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਆਪਣੇ ਪੇਂਡੂ ਮੁਆਸ਼ਰੇ ਨੂੰ ਉਹਨੂੰ ਬਿਲੋਂਗ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ, ਇਹ ਬੜੀ ਮਤਲਬ ਮੰਨੀ ਜਾਂਦੀ ਗੱਲ ਕਿ ਕਿਸ ਤਰੀਕੇ ਨਾਲ ਗਵਰਨਮੈਂਟ ਕੋਲੋਂ ਪੈਸਾ ਆਉਂਦਾ ਤੇ ਕਿਸ ਤਰੀਕੇ ਨਾਲ ਜਿਹੜੇ ਖਾਸ ਕਰਕੇ ਸਰਪੰਚ ਆ ਉਹ ਕਿੰਨੇ ਕਰਪਟ ਨੇ, ਉਹ ਖੁਦ ਹੀ ਪੈਸਾ ਖਾ ਜਾਂਦੇ। ਪਰ ਇਹ ਸਾਡੇ ਸਾਥੀ ਰਣਜੀਤ ਸਿੰਘ ਹੁਣੀ, ਤੁਸੀਂ ਸਾਥੀ ਜੀ ਪਿਛਲੇ ਕਿੰਨੇ ਸਾਲਾਂ ਦੇ ਵਿੱਚ, ਕਿੰਨੇ ਸਾਲਾਂ ਤੋਂ ਪਿੰਡ ਦੇ ਸਰਪੰਚ ਹੋ? ਮੈਂ ਜੀ ਪਿਛਲੇ ਪਲਾਨ ਚ, ਮੈਂ ਤੇ ਮੇਰੀ ਮਿਸਿਜ ਪੰਚ ਜਿੱਤ ਗਏ ਸੀ। ਹਾਂਜੀ, ਤਾਂ ਸੱਤਾਧਾਰੀਆਂ ਨੇ ਕੀ ਕੀਤਾ ਵੀ ਪਿੰਡਾਂ ਚ ਹੁੰਦਾ ਜੀ ਇਹ ਵੀ ਸੋਨੂੰ ਸਰਪੰਚ ਨੀ ਬਣਨੇ ਨਾਲ ਸੀ, ਤਾਂ ਉਹਨਾਂ ਨੇ ਐਸਸੀ ਲੈਂਦੀ ਤੇ ਐਸਸੀ ਔਰਤ ਆਪਣੀ ਪਾਰਟੀ ਚ ਕੰਮ ਕਰਦੀ ਸੀ, ਅਸੀਂ ਉਹ ਵੀ ਮੈਂਬਰ ਜਿੱਤਿਆ ਜੀ, 9 ਦੇ 9 ਜਿੱਤ ਗਏ ਸੀ ਜੀ, ਤੇ ਅਸੀਂ ਉਹਨੂੰ ਸਰਪੰਚ ਬਣਾਇਆ ਜੀ, ਸਰਪੰਚ ਬਣਾਇਆ ਮੈਂ ਉਹਦੇ ਨਾਲ ਲੱਗ ਕੇ ਪਿਛਲੇ 5 ਸਾਲ ਕੰਮ ਕੀਤੇ, ਐਤਕੀ ਪਲਾਨ ਚ ਜਨਤਾ ਨੇ ਸਾਨੂੰ ਸਰਪੰਚ ਬਣਾਈ ਦਿੱਤਾ ਜੀ। ਠੀਕ ਠੀਕ, ਤੇ ਕੰਮ ਕੀਤਾ, ਔਰ ਜੇ ਤੁਸੀਂ ਇਹ ਇਲੈਕਸ਼ਨ ਜਿੱਤਦੇ ਹੋ, ਅਸੀਂ ਬਿਲਕੁਲ ਆਸ਼ਾ ਰੱਖਦੇ ਕਿ ਤੁਸੀਂ ਇਲੈਕਸ਼ਨ ਜਿੱਤੋਗੇ, ਇਹੀ ਜਿਹੜਾ ਕੰਮ ਹੈ ਤੁਸੀਂ ਇੱਕ ਸ਼ਹਿਰ ਦੇ ਵਿੱਚ ਫੈਲਾ ਸਕਦੇ ਹੋ, ਜੇ ਹੋਰ ਸਾਥੀ ਆਪਣੇ ਇਲੈਕਸ਼ਨ ਜਿੱਤਣ ਤੇ ਇਹ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ, ਮਤਲਬ ਸਾਰੇ ਦੇਸ਼ ਦੇ ਵਿੱਚ ਜੇ ਇਹੋ ਜਿਹਾ ਲੋਕਾਂ ਦੀ ਇੱਕ ਪਾਰਦਰਸ਼ਤਾ ਦੇ ਨਾਲ ਕੰਮ ਕੀਤਾ ਜਾਵੇ ਤੇ ਜਿਹੜੇ ਜਿਹੜੇ ਕਾਮੇ ਨੇ, ਜਿਹੜੇ ਕਿਰਤੀ ਨੇ, ਕਿਸਾਨ ਨੇ, ਉਹ ਉਹਨਾਂ ਦੀ ਹਾਲਤ ਬਹੁਤ ਸੁਧਰ ਸਕਦੀ ਹੈ। ਸੋ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝਾ ਕਰੋ ਕਿ ਜੇ ਤੁਸੀਂ ਇਹ ਇਲੈਕਸ਼ਨ ਜਿਹੜੀ ਜਿੱਤਦੇ ਹੋ ਤੇ ਤੁਸੀਂ ਕਿਹੜੇ ਕਿਹੜੇ ਕੰਮ ਜਾਰੀ ਰੱਖੋਗੇ? ਜੇ ਅਸੀਂ ਇਲੈਕਸ਼ਨ ਜਿੱਤਦੇ ਜੀ, ਮੇਰਾ ਪਹਿਲਾ ਕੰਮ ਜੀ, ਹੁਣ ਵੀ ਜੋ ਮੇਰਾ ਕਲੱਬ ਕਰ ਰਿਹਾ 50-60 ਮੁੰਡੇ ਰੱਖੇ ਹੋਏ ਨੇ ਜੀ, ਇਹ ਕਲੱਬ ਦੇ ਪਿੰਡਾਂ 'ਚ ਜਾ ਕੇ ਇੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਜੀ ਆਪਣੇ ਚੱਲ ਰਹੀ ਜੀ ਜੀ, ਅਸੀਂ ਮੇਨ ਲੜਾਈ ਉਹਦੇ ਦੇਵਾਂਗੇ ਵੀ ਜਿਹੜੇ ਮਜ਼ਦੂਰ ਨੇ ਸਾਡੇ ਇਹਨਾਂ ਦੇ ਕੱਖਾਂ ਕਾਨਿਆਂ 'ਚ ਰਹਿ ਰਹੇ ਨੇ, ਬਹੁਤ ਮਾੜੀ ਹਾਲਤ ਹੈ ਜੀ। ਉਹ ਇਹਨਾਂ ਜਿਵੇਂ ਆਪਾਂ ਇਹ ਲਾ ਲਓ ਵੀ ਪੋਸਟ ਬਣਾ ਬਣਾ ਮੰਜੇ ਡਾਹੇ ਹੋਏ ਨੇ, ਤੇ ਇੱਕ ਪਰਿਵਾਰ ਛੋਟਾ ਜਿਹਾ ਉਹਨਾਂ ਕੋਲੇ
ਘਰ ਹੈ, ਤਿੰਨ ਉਹਨਾਂ ਦੇ ਬੱਚੇ ਹੋ ਗਏ, ਤਿੰਨ ਨੂੰਹਾਂ ਆ ਗਈਆਂ ਜੀ, ਉਹਨਾਂ ਦੀ ਦੁਰਦਸ਼ਾ ਜੇ ਜਾ ਕੇ ਆਪਾਂ ਵਿਹੜਾ ਚ ਦੇਖੀਏ ਬਹੁਤ ਮਾੜੀ ਹੈ। ਮਹਿਰਾ ਜ਼ਿਆਦਾ ਜੋ ਰਹੀ ਹੈ ਵੀ ਮਜ਼ਦੂਰਾਂ ਤੇ ਛੋਟੇ ਬੇਜ਼ਮੀ ਨੇ ਕਿਸਾਨਾਂ ਨੂੰ ਪਲਾਟ ਦੇ ਕੇ ਉਹਨਾਂ ਨੂੰ ਘਰ ਪਵਾਉਣ ਦਾ ਸੰਘਰਸ਼ ਕਰੂਗਾ ਮੈਂ ਬੰਨ ਸਰ, ਤੇ ਨਾਲ ਜਿਹੜੀ ਦੱਬੀ ਹੋਈ ਕਿਸਾਨੀ ਹੈ ਤੇ ਜਿਹੜਾ ਇਹਦਾ ਕਰਜ਼ਾ ਮਾਫ਼ ਕਰਨ ਲਈ ਲੜੂੰਗਾ ਜੀ, ਤੇ ਨਾਲ ਹੀ ਜਿਹੜਾ ਇਹ ਆਪਣਾ ਜਿਹੜੇ ਸਾਡੇ ਬੇਰੁਜ਼ਗਾਰੀ ਇੰਨੀ ਵੱਧ ਰਹੀ ਹੈ ਜੀ ਪੰਜਾਬ ਦੇ ਵਿੱਚ ਵੀ ਬੱਚੇ ਜਦੋਂ ਕੰਮ ਨੀ ਮਿਲਦਾ, ਜੇ ਬੱਚੇ ਨੂੰ ਕੰਮ ਮਿਲੇ ਤਾਂ ਕੋਈ ਨਸ਼ਾ ਨਾ ਕਰੇ, ਤੇ ਜਦੋਂ ਕੰਮ ਮਿਲਦਾ ਨੀ ਵਿਹਲੇ ਹੁੰਦੇ ਨੇ ਤਾਂ ਇਹ ਨਸ਼ੇ ਚ ਪੈ ਚੁੱਕੇ ਹੈ। ਵੀ ਇੱਕ ਰੁਜ਼ਗਾਰ ਗਰੰਟੀ ਕਾਨੂੰਨ ਬਣਾਇਆ ਜਾਵੇ ਜਿਵੇਂ ਸਾਰੇ ਬਾਹਰਲੇ ਦੇਸ਼ਾਂ ਚ ਹੈਗਾ, ਹਰ ਇੱਕ ਜਿਹੜਾ ਬੱਚਾ ਕੰਮ ਦੇ ਇੰਤਜ਼ਾਰ ਚ ਬੈਠਾ ਜਾਂ ਤਾਂ ਉਹਨੂੰ ਕੰਮ ਦਿਓ ਜਾਂ ਉਹਨੂੰ ਇੰਤਜ਼ਾਰ ਭੱਤਾ ਦਿਓ। ਮੇਰੀ ਲੜਾਈ ਇਹਨਾਂ ਸਾਰੇ ਮੁੱਦਿਆਂ ਤੇ ਹੋਊਗੀ, ਨੌਜਵਾਨੀ ਨੂੰ ਰੁਜ਼ਗਾਰ ਦਿਵਾਉਣ ਖਾਤਰ, ਗਰੀਬਾਂ ਨੂੰ ਮਕਾਨ ਦਿਵਾਉਣ ਖਾਤਰ ਤੇ ਪਲਾਟ ਦਿਵਾਉਣ ਖਾਤਰ, ਤੇ ਨਾਲ ਜੀ ਕਿਸਾਨਾਂ ਦਾ ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਖੁਦਕੁਸ਼ੀਆਂ ਰੋਕਣ ਲਈ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਾਉਣ ਖਾਤਰ ਮੈਂ ਇਹ ਲੜਾਈ ਲੜੂੰਗਾ। ਜੇ ਜਨਤਾ ਮੈਨੂੰ ਤਾਕਤ ਬਖਸ਼ਦੀ ਹੈ ਮੈਂ ਇਹ ਲੜਾਈ ਦੇਵਾਂ। ਬਹੁਤ ਵਧੀਆ, ਬਹੁਤ ਵਧੀਆ ਸਾਥੀ ਜੀ। ਔਰ ਜਿਹੜੀ ਜਿਹੜੀਆਂ ਰੈਲੀਆਂ ਤੁਹਾਡੇ ਹੱਕ ਦੇ ਵਿੱਚ ਚੱਲ ਰਹੀਆਂ ਨੇ, ਮੈਂ ਫੋਟੋਆਂ ਦੇਖ ਰਿਹਾ ਸੀਗਾ ਕਿ ਉਹਨਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋ ਰਹੇ ਨੇ, ਸੋ ਸਾਨੂੰ ਕਿਹੋ ਜਿਹਾ ਹੁੰਗਾਰਾ ਮਿਲ ਰਿਹਾ ਹੈ? ਆਪਾਂ ਨੂੰ ਹੰਗਾਰਾ ਬਹੁਤ ਵਧੀਆ ਜੀ, ਕੋਈ ਸਾਡੇ ਕੋਲ ਸਾਧਨ ਨੀ, ਮੈਂ ਪ੍ਰਚਾਰ ਕਰਨ ਮੋਟਰਸਾਈਕਲ ਤੇ ਜਾਂਦਾ ਜੀ। ਜੀ ਜੀ, ਮੈਂ ਮੋਟਰਸਾਈਕਲ ਤੇ ਜਾ ਕੇ ਉੱਥੇ ਸਪੀਕਰ ਚ ਬੋਲ ਦਿੰਦੇ ਨੇ ਸਰਪੰਚ ਆ ਰਿਹਾ ਧਾਮਕੋਟ ਵਾਲਾ, ਤਾਂ ਜਨਤਾ ਮੇਰੀਆਂ ਮਾਈਆਂ ਜਿਨ੍ਹਾਂ ਦੇ ਆਪਾਂ ਕੰਮ ਕੀਤੇ ਨੇ, ਦੋ ਦੋ ਸੌ ਤਿੰਨ ਤਿੰਨ ਸੌ ਦੀ ਤਕਾਲ ਚ ਪਿੰਡ ਚ ਇਕੱਠੀਆਂ ਹੋ ਜਾਂਦੀਆਂ, ਪੂਰਾ ਹੰਗਾਰਾ ਮਿਲਦਾ ਜੀ ਜਜਮਾ। ਬਹੁਤ ਵਧੀਆ। ਮੇਰੇ ਆਪ ਵਾਲੇ ਆ ਜੀ, ਹੁਣ ਦੇਖੋ ਪ੍ਰਵਾਸੀ ਜ਼ਿਆਦਾਤਰ ਆਪ ਨੂੰ ਕਰ ਰਹੇ ਨੇ ਵੀ ਜੇ ਬਦਲ ਆਵੇ ਇੱਥੇ, ਆਪ ਦਾ ਜੀ ਅੱਜ ਚਿਹਰਾ ਨਵਾਂ ਜਵਾਨਾ ਪੜ੍ਹ ਲਓ ਅਖਬਾਰ, ਇਹਦਾ ਨੰਗਾ ਹੋ ਗਿਆ ਚਿਹਰਾ, ਇਹ ਕੀ ਕੀਤਾ ਜੀ? ਜੀ ਜੀ, ਸਾਂਝੀ ਕਰੋ ਜੀ ਗੱਲ ਸਾਰੀ। ਸਹੂਲਤਾਂ ਦੇ ਰਿਹਾ ਲੋਕਾਂ ਨੂੰ ਸਾਰੀ ਕਾਮੇ ਵਾਲੀਆਂ, ਤੇ ਇਹਦੇ ਵਿੱਚੋਂ ਦਿੱਲੀ ਦੇ ਵਿੱਚ ਕੀ ਕੀਤਾ, 1500 ਕਰੋੜ ਰੁਪਇਆ ਇਕੱਠਾ ਹੋ ਗਿਆ ਸੀ ਦਿੱਲੀ ਸਰਕਾਰ ਕੋਲੇ, ਚੱਕ ਕੇ ਜੀ ਇਹਨੇ 900 ਕਰੋੜ ਰੁਪਇਆ ਹੋਰ ਪਾਸੇ ਵਰਤਦਾ, ਅੱਜ ਨਵੇਂ ਜਮਾਨੇ ਦੀ ਖ਼ਬਰ ਹੈ। ਇਹ ਬਹੁਤ ਕਾਰਪੋਰੇਟ ਘਰਾਣੇ ਦੀ ਪੱਖੀ ਹੈ ਕੇਜਰੀਵਾਲ। ਮੈਂ ਮੇਰੇ ਪ੍ਰਵਾਸੀ ਵੀਰਾਂ ਨੂੰ ਬੇਨਤੀ ਕਰਦਾ ਵੀ ਇਹ ਕੋਈ ਬਾਹਲੀ ਵਧੀਆ ਪਾਰਟੀ ਨੀ ਜਿਹੜੀ ਉਹ ਹੈ, ਇਹ ਇੱਕ ਕਾਰਪੋਰੇਟ ਘਰਾਣਿਆਂ ਵੱਲੋਂ ਮੋਦੀ ਦੀ ਜਦੋਂ ਜਨਤਾ ਦੇ ਵਿੱਚ ਮੰਨ ਲਓ ਵੀ ਜੀ ਰਹਿ ਗਈ ਜਨਤਾ ਦਾ ਮੋਦੀ ਤੋਂ ਅੱਕ ਜਾਣਗੇ, ਤਾਂ ਇੱਕ ਨਵਾਂ ਮੋਦੀ ਪੈਦਾ ਕਰ ਰਹੇ ਨੇ ਕੇਜਰੀਵਾਲ ਨੂੰ ਲਿਆਉਣਗੇ। ਇਹ ਲੋਕਾਂ ਦਾ ਕੁਛ ਨੀ ਸਮਾਰ ਸਕਦੀ, ਇਹ ਸਮਝ ਲਓ ਜੀ ਇਹਦੇ ਸਾਰਾ ਇਹ ਕਾਰਪੋਰੇਟ ਘਰਾਣੇ ਦੇ ਪੱਖੀ ਹੈ ਆਪ ਵਾਲੇ। ਮੈਂ ਪ੍ਰਵਾਸੀ ਵੀਰਾਂ ਨੂੰ ਮੇਰਿਆਂ ਨੂੰ ਬੇਨਤੀ ਕਰਦਾ ਵੀ ਇਹਦਾ ਮਾੜਾ ਜਿਹਾ ਖਾਖਾ ਫਰੋਲੋ, ਤੇ ਇਹ ਕਿਸ ਟੈਪ ਦੀ ਪਾਰਟੀ ਹੈ ਵੀ ਇਹਦੀ ਮਦਦ ਕਰਨ ਤੋਂ ਥੋੜਾ ਜਿਹਾ ਗੁਰੇਜ਼ ਕੀਤਾ ਜਾਵੇ, ਸੁਚੇਤ ਰਹਿਣ। ਇਹ ਵੀ ਇੱਕ ਕਾਂਗਰਸ ਭਾਜਪਾ ਦੇ ਨਾਲ ਮਿਲਦੀ ਜੁਲਦੀ ਪਾਰਟੀ ਹੈ, ਬਿਲਕੁਲ ਕਾਰਪੋਰੇਟ ਘਰਾਣਾ ਦੇ ਖਿਲਾਫ ਇੱਕ ਲਫ਼ਜ਼ ਵੀ ਨਹੀਂ ਬੋਲਦੇ ਸੱਥਾਂ ਤੇ। ਬਿਲਕੁਲ 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 ਸਾਥੀ ਜੀ, ਪਿੰਡ ਜਲੂਰ ਦਾ ਦੇਖ ਲਓ ਕਿੱਡਾ ਵੱਡਾ ਸੰਘਰਸ਼ ਚੱਲਿਆ, ਉਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹਨਾਂ ਦੇ ਇੱਕ ਵੀ ਇਹਨਾਂ ਦੇ ਲੀਡਰ ਨੇ ਉਹਨਾਂ ਦੇ ਨਾਲ ਜਾ ਕੇ ਨਹੀਂ ਖੜੇ, ਉਹਨਾਂ ਦੇ ਵਾਸਤੇ ਕੋਈ ਮਜ਼ਦੂਰਾਂ ਦੇ ਵਾਸਤੇ ਇਹਨਾਂ ਨੇ ਹੁੰਗਾਰਾ ਨਹੀਂ ਭਰਿਆ ਹੈਗਾ। ਹਾਂਜੀ 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 ਬਿਲਕੁਲ ਬਿਲਕੁਲ ਸਾਥੀ ਜੀ ਬਿਲਕੁਲ, ਤੁਸੀਂ ਕਿਉਂਕਿ ਸਭ ਤੋਂ ਵੱਡੀ ਜਿਹੜੀ ਲੋਕਾਂ ਦੇ ਵਾਸਤੇ ਇਹ ਮਤਲਬ ਸਭ ਤੋਂ ਜਿਹੜਾ ਵੱਡਾ ਮਸਲਾ ਖੜਿਆ ਹੈ ਕਿ ਜਿਹੜੀ ਅਕਾਲੀ ਕਾਂਗਰਸ ਤੇ ਬੀਜੇਪੀ ਦਾ ਇਤਿਹਾਸ ਤੇ ਸਾਨੂੰ ਸਾਰਿਆਂ ਨੂੰ ਪਤਾ ਸੀਗਾ, ਪਰ ਜਿਹੜਾ ਇਹ ਸਾਡੇ ਸਾਹਮਣੇ ਇਹ ਨਵਾਂ ਇੱਕ ਅਲਟਰਨੇਟਿਵ ਕੀ ਕਹਾਂਗੇ ਉਹਨੂੰ ਬਦਲ ਸਾਡੇ ਸਾਹਮਣੇ ਪੇਸ਼ ਕੀਤਾ ਗਿਆ ਆਪ ਦਾ, ਸੋ ਮਤਲਬ ਕਿਸ ਤਰੀਕੇ ਦੇ ਨਾਲ ਤੁਹਾਨੂੰ ਆਲੇ ਦੁਆਲੇ ਜਦੋਂ ਉਹਨਾਂ ਦਾ ਪ੍ਰਚਾਰ ਪ੍ਰਸਾਰ ਚੱਲ ਰਿਹਾ ਹੈ ਉਹ ਤੁਹਾਨੂੰ ਦਿਖ ਰਿਹਾ ਵੀ ਇਹਨਾਂ ਦੇ ਕੋਲ ਕਿੰਨਾ ਕੁ ਪੈਸਾ ਹੈ ਔਰ ਉਹ ਕਿਸ ਤਰੀਕੇ ਨਾਲ ਇਹ ਕਰ ਰਹੇ ਨੇ?
ਇਹ ਤਾਂ ਜੀ ਪੈਸਾ ਤਾਂ ਜੀ ਇਹਨਾਂ ਨੇ ਸੜਕ ਦੇ ਉੱਤੇ ਕੋਈ ਇਹੋ ਜਿਹਾ ਦਰਖਤ ਵੀ ਨੀ ਛੱਡਿਆ ਵੀ ਜਿਹਦੇ ਉੱਤੇ ਫਲੈਕਸ ਨਾ ਲਾਈ ਹੋਵੇ। ਇਹ ਸਾਡੇ ਜਿਹੜਾ ਮੇਰੇ ਏਰੀਏ ਦਾ ਆਪ ਦਾ ਕੈਂਡੀਡੇਟ ਹੈ ਜੀ, ਇਹ ਕਰਪਸ਼ਨ ਤੇ ਲਿਬੜਿਆ ਹੋਇਆ ਜੀ। ਇਹਨੇ ਪਹਿਲਾਂ ਪ੍ਰਦੂਸ਼ਣ ਬੋਰਡ ਦਾ ਉੱਚ ਅਫਸਰ ਹੁੰਦਾ ਸੀ ਕੋਈ, ਤੇ ਉਹਦੇ ਵਿੱਚ ਵੀ ਇਹਨੇ ਇੱਧਰ ਜਾ ਪੁੱਛੇ ਕੰਨੀ ਕੋਈ ਕਰਿਆ ਜੀ, ਉਹ ਰਿਸ਼ਵਤ ਵਗੈਰਾ ਖਾਧੀ ਆ, ਬਹੁਤ ਵੱਡੀ ਪੱਧਰ ਤੇ ਪੈਸਾ ਲਾ ਰਿਹਾ ਜੀ। ਲਗਭਗ 1 ਕਰੋੜ ਦੇ ਕਰੀਬ ਤਾਂ ਇਹਨੇ ਇਕੱਲੇ ਪੋਸਟਰਾਂ ਫਲੈਕਸਾਂ ਇੰਨੀ ਵੱਡੀ ਪੱਧਰ ਤੇ ਪਿੰਡਾਂ ਦੇ ਵਿੱਚ ਰੂਬੀਆਂ ਫਿਰਦੀਆਂ ਨੇ ਇੰਨੀ ਵੱਡੀ ਪੱਧਰ ਤੇ ਛੱਡਿਆ। ਊ ਦੇਖੋ ਜੀ, ਬਹੁਤ ਵੱਡੀ ਪੱਧਰ ਤੇ ਖਰਚ ਕਰ ਰਹੇ ਨੇ ਤੇ ਜਿਹਨੇ ਸਮਰਾਜਵਾਦ ਪਾਰਟੀ ਚੋਣ ਲੜਦੀ ਆ ਉਹ ਵੀ ਲੜ ਰਹੇ ਨੇ, ਵੱਡੇ ਵੱਡੇ ਗੱਡੀਆਂ ਦੇ ਕਾਫਲੇ ਦੇ ਵਿੱਚ ਜਾਂਦੇ ਨੇ ਤੇ ਪੂਰਾ ਜੱਚ ਕੇ ਖਰਚ ਕਰ ਰਹੇ ਨੇ। ਬਿਲਕੁਲ 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 ਸਾਥੀ ਜੀ। ਅੱਛਾ ਸਾਥੀ ਜੀ, ਬਿਲਕੁਲ ਮੇਰੇ ਖਿਆਲ ਆਪਾਂ ਤੁਸੀਂ ਜਾਂਦੇ ਜਾਂਦੇ ਕੋਈ ਸਾਡੇ ਨਿਊਜ਼ੀਲੈਂਡ ਦੇ ਸਰੋਤਿਆਂ ਨੂੰ ਜਾਂ ਕਿਉਂਕਿ ਇਹ ਪ੍ਰੋਗਰਾਮ ਅਸੀਂ ਇੰਟਰਨੈਟ 'ਤੇ ਵੀ ਪਾ ਦੇਣਾ, ਬਾਅਦ ਦੇ ਵਿੱਚ ਜਿਹੜੇ ਦੁਨੀਆਂ ਦੇ ਵਿੱਚ ਹੋਰ ਤੁਹਾਡੀ ਜਿਹੜੀ ਗੱਲਬਾਤ ਸੁਣਨਗੇ, ਤੁਸੀਂ ਕੋਈ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਲੋਕ ਪੱਖੀ ਸੰਘਰਸ਼ ਦੇ ਵਿੱਚ ਕਿਵੇਂ, ਖਾਸ ਕਰਕੇ ਜਿਹੜੇ NIA ਵੀਰ ਭੈਣ ਭਰਾ ਨੇ ਉਹ ਕਿਵੇਂ ਸ਼ਾਮਿਲ ਹੋ ਸਕਦੇ ਆ, ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਖੱਬੀ ਧਿਰ ਹੈ ਸਮਾਜਵਾਦ ਖਾਤਰ ਲੜ ਰਹੀ ਹੈ, ਆਪਣੇ ਇਨਕਲਾਬ ਖਾਤਰ ਲੜ ਰਹੀ, ਸਾਂਝਾ ਪਰਿਵਾਰ ਹੋਵੇ ਤੇ ਸਾਰਾ ਪਬਲਿਕ ਦਾ ਕੰਮ ਹੋਵੇ। ਤੇ ਮੈਂ ਤਾਂ ਮੇਰੇ ਪ੍ਰਵਾਸੀ ਵੀਰਾਂ ਨੂੰ ਇਹੀ ਬੇਨਤੀ ਕਰਦਾ ਵੀ ਤੁਸੀਂ ਵੀ ਜਿੱਥੇ ਵੀ ਬੈਠੋ ਉੱਥੋਂ ਇਸ ਖੱਬੀ ਧਿਰ ਦੇ ਪੱਖ 'ਚ ਜਿਹੜੀ ਵੀ ਕਿਸਮ ਦੀ ਲੜਾਈ ਦੇ ਸਕਦੇ ਹੋ ਲੜਾਈ ਦੇ, ਮੇਰੀ ਬੇਨਤੀ ਹੈ। ਇਹਨਾਂ ਕੋਈ ਵੀ ਪਾਰਟੀ ਇੱਥੇ ਆਉਂਦੀ ਰਹੂ ਕੋਈ ਜਾਂਦੀ ਰਹੂਗੀ, ਖੱਬੀਆਂ ਧਿਰਾਂ ਤੋਂ ਬਿਨਾਂ ਕਿਸੇ ਵੀ ਆਮ ਜਨਤਾ ਦਾ ਕੋਈ ਵੀ ਪਾਰਟੀ ਛੁਟਕਾਰਾ ਨਹੀਂ ਕਰ ਸਕਦੀ। ਜੇ ਕਰਨਗੇ ਤਾਂ ਇੱਕ ਮਾਰਕਸਵਾਦੀ ਸੋਚ ਹੈ, ਇੱਕ ਜਿਹੜਾ ਫਲਸਫਾ ਹੈਗਾ ਜੀ, ਇਹੀ ਲੋਕਾਂ ਦੀ ਜ਼ਿੰਦਗੀ ਸੁਧਾਰ ਸਕਦਾ। ਜੇ ਸਾਰਾ ਕੰਮ ਪਬਲਿਕ ਹੋਵੇ, ਕਾਰਪੋਰੇਟ ਘਰਾਣਿਆਂ ਤੋਂ ਸਾਰਾ ਖਹਿਰਾ ਛੁਡਾਇਆ ਜਾਵੇ ਕਿਸੇ ਤਰ੍ਹਾਂ, ਮੈਂ ਤਾਂ ਇਹੀ ਮੇਰੇ ਪ੍ਰਵਾਸੀ ਵੀਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਇਸ ਦੇ ਵਿੱਚ ਖੱਬੇ ਪੱਖੀ ਧਿਰ ਨੂੰ ਕਾਮਯਾਬ ਕਰਨ ਖਾਤਰ ਕੀ ਯੋਗਦਾਨ ਪਾ ਸਕਦੇ ਹੋ। ਬਿਲਕੁਲ 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 ਬਿਲਕੁਲ, ਅਸੀਂ ਵੀ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਸਾਡੇ ਸਰੋਤੇ ਦੁਨੀਆਂ ਦੇ ਵਿੱਚ ਸਾਡੇ ਨਿਊਜ਼ੀਲੈਂਡ ਵਿੱਚ ਹੁਣ ਸੁਣ ਰਹੇ, ਜਿਹੜੇ ਸੁਣਨਗੇ ਕਿ ਜਿਹੜਾ ਤਾਮਕੋਟ ਦੇ ਵਿੱਚੋਂ ਸਾਥੀ ਸਾਡੇ ਰਣਜੀਤ ਸਿੰਘ ਜੀ, ਉਹਨਾਂ ਨੂੰ ਵੋਟ ਪਾ ਕੇ ਇਹਨਾਂ ਨੂੰ ਕਾਮਯਾਬ ਕੀਤਾ ਜਾਵੇ, ਔਰ ਲੋਕਾਂ ਦੇ ਸਾਹਮਣੇ ਇਹ ਇੱਕ ਬਹੁਤ ਵੱਡੀ ਐਗਜ਼ਾਮਪਲ, ਇੱਕ ਉਦਾਹਰਣ ਪੇਸ਼ ਕਰਨਗੇ ਕਿ ਇੱਦਾਂ ਵੀ ਜਿਹੜੀ ਪੋਲੀਟਿਕਸ ਵਾ ਉਹ ਇਮਾਨਦਾਰੀ ਦੇ ਨਾਲ ਕੀਤੀ ਜਾ ਸਕਦੀ ਹੈ, ਔਰ ਜਿਹੜੇ ਆਪ ਵਰਗੇ ਜਿਹੜੇ ਇਹ ਮਖੌਟਾ ਇਹਨਾਂ ਨੇ ਚਾੜਿਆ ਲੋਕ ਪੱਖੀ ਹੋਣ ਦਾ ਪਰ ਹੈ ਨਹੀਂ ਹੈ, ਉਹਨਾਂ ਤੋਂ ਦੂਰ ਰਿਹਾ ਜਾਵੇ। ਇਹਦੇ ਨਾਲ ਹੀ ਸਾਥੀ ਜੀ ਮੈਂ ਤੁਹਾਡਾ, ਤੁਸੀਂ ਮੈਨੂੰ ਪਤਾ ਤੁਸੀਂ ਰੈਲੀ 'ਤੇ ਜਾਣਾ, ਤੁਸੀਂ ਰੈਲੀ ਨੂੰ ਛੱਡ ਕੇ ਸਾਡੇ ਨਾਲ ਸੰਬੋਧਿਤ, ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ, ਅਤੇ ਅਸੀਂ ਆਉਂਦੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਸਾਥੀ ਜੀ ਗੱਲਬਾਤ ਕਰਦੇ ਰਹਾਂਗੇ। ਧੰਨਵਾਦ ਜੀ, ਧੰਨਵਾਦ। ਤੋ ਦੋਸਤੋ, ਇਹ ਸਨ ਕਾਮਰੇਡ ਰਣਜੀਤ ਸਿੰਘ ਜਿਹੜੇ ਕਿ ਪਿੰਡ ਤਾਮਕੋਟ ਦੇ ਸਰਪੰਚ ਨੇ। ਤੁਸੀਂ ਉਹਨਾਂ ਦੀ ਗੱਲਬਾਤ ਸੁਣੀ ਲਈ ਹੈ, ਬਿਲਕੁਲ ਸਾਫ ਸਪਸ਼ਟ ਹੈ ਗੱਲ ਉਹਨਾਂ ਦੀ। ਔਰ ਜਿਹੜਾ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਜ਼ਿਕਰ ਕੀਤਾ ਮੁੱਦਿਆਂ ਤੇ ਵੋਟਾਂ ਦੀ, ਜਿਹੜੀ ਗੱਲਬਾਤ ਹੈ ਮੁੱਦਿਆਂ 'ਤੇ ਹੁੰਦੀ ਹੈ ਹਮੇਸ਼ਾ ਹੀ, ਹੋਣੀ ਚਾਹੀਦੀ ਹੈ। ਸੋ ਉਹਨਾਂ ਨੇ ਮੁੱਦਿਆਂ ਦੀ ਗੱਲ ਤਾਂ ਕੀ ਕਰਨੀ, ਉਹਨਾਂ ਨੇ ਆਲਰੇਡੀ ਕੰਮ ਆਪਣੇ ਪਿੰਡ 'ਚ ਕਿੰਨਾ ਸਾਰਾ ਕੀਤਾ ਹੋਇਆ ਹੈ ਜਿਹੜਾ ਉਹਨਾਂ ਨੇ ਸਾਰਾ ਦੱਸ ਦਿੱਤਾ, ਤੁਹਾਡੇ ਸਾਹਮਣੇ ਲਿਸਟ ਪੂਰੀ ਪਈ ਹੈ। ਸੋ
ਔਰ ਇੱਥੇ ਮੈਨੂੰ ਜਿਹੜੀ ਸਾਥੀ ਰਣਜੀਤ ਸਿੰਘ ਹੋਰਾਂ ਦੀ ਗੱਲ ਤੋਂ ਜਿਹੜੀ ਤੋਂ ਮੈਂ ਪ੍ਰਭਾਵਿਤ ਹੋਈ ਹਾਂ ਕਿ ਮੇਰਾ ਖਿਆਲ ਮੈਨੂੰ ਵਿਦ ਆਲ ਡਿਊ ਰਿਸਪੈਕਟ ਮੈਨੂੰ ਨਹੀਂ ਲੱਗਦਾ ਕਿ ਬਹੁਤ ਲੰਬੀਆਂ ਚੌੜੀਆਂ ਡਿਗਰੀਆਂ ਉਹਨਾਂ ਦੇ ਨਾਂ ਦੇ ਪਿੱਛੇ ਲੱਗੀਆਂ ਹੋਈਆਂ ਨੇ, ਬਿਲਕੁਲ ਇੱਕ ਸਧਾਰਨ ਵਿਅਕਤੀ ਨੇ ਹਾਂਜੀ, ਪਰ ਉਹਨਾਂ ਮੁੱਦਿਆਂ ਦੀ ਸਮਝ ਪੂਰੀ ਹੈ ਔਰ ਉਹ ਕਿਸ ਤਰ੍ਹਾਂ ਗੱਲਬਾਤ ਸੁਲਝਾਉਣੀ ਹੈ ਜਿਹੜੀਆਂ ਪ੍ਰੋਬਲਮਸ ਨੇ ਜਿਹੜੀਆਂ ਆਮ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਫੈਕਟ ਕਰਦੀਆਂ ਨੇ, ਉਹਨਾਂ ਦੇ ਹੱਲ ਕੀ ਨੇ ਉਹ ਉਹਨਾਂ ਨੂੰ ਬਾਖੂਬੀ ਪਤਾ ਔਰ ਉਹਨਾਂ ਨੇ ਉਹ ਹੱਲ ਕੀਤੇ ਵੀ ਨੇ ਆਪਣੇ ਪਿੰਡ 'ਚ। ਸੋ ਇਹਦੇ ਮੁਕਾਬਲੇ ਅਗਰ ਅਸੀਂ ਕਿਉਂਕਿ ਲੋਕ ਪੱਖੀ ਹੋਣ ਦਾ ਨਾਟਕ ਜਿਹੜਾ ਉਹ ਆਮ ਆਦਮੀ ਪਾਰਟੀ ਕਰ ਰਹੀ ਹੈ ਇਸ ਵਕਤ ਔਰ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਵੀ ਉਹ ਲਗਾਉਂਦੇ ਨੇ ਸਭ ਤੋਂ ਜ਼ਿਆਦਾ ਇਸ ਵਕਤ, ਇਨਕਲਾਬ ਕਿਹੜਾ ਕਿਹਦੇ ਵਾਸਤੇ ਕਿਹੜੇ ਤਰੀਕੇ ਨਾਲ ਆਉਣਾ ਇਹਦੀ ਕੋਈ ਬਹੁਤੀ ਡਾਇਰੈਕਸ਼ਨ ਕਿਸੇ ਪਾਸੇ ਉਹਨਾਂ ਕੋਲੋਂ ਨਹੀਂ ਮਿਲਦੀ। ਤੋ ਬੀਤੇ ਕੱਲ ਹੀ ਮੈਂ ਇੱਕ ਉਹਨਾਂ ਦੇ ਉਮੀਦਵਾਰ ਦੀ ਇੱਕ ਵੀਡੀਓ ਕਲਿੱਪ ਛੋਟਾ ਜਿਹਾ ਦੇਖ ਰਹੀ ਸੀ, ਉਹ 1.5-2 ਮਿੰਟ ਦਾ ਸੀ, ਇੱਥੋਂ ਸਾਡੇ ਨਿਊਜ਼ੀਲੈਂਡ ਤੋਂ ਹੀ ਇੱਕ ਆਮ ਆਦਮੀ ਪਾਰਟੀ ਦੇ ਵਲੰਟੀਅਰ ਉਹਨਾਂ ਨੂੰ ਇੰਟਰਵਿਊ ਕਰਨ ਗਏ ਔਰ ਇੱਕ ਸਿੰਗਲ ਮੁੱਦਾ ਨਹੀਂ ਸੀਗਾ ਉਹ ਸਾਰੀ ਗੱਲਬਾਤ ਵਿੱਚ ਕਿ ਅਗਰ ਇਹ ਵਿਅਕਤੀ ਜਿਹੜੇ ਨੇ ਉਹ ਇਲੈਕਸ਼ਨ ਜਿੱਤਦੇ ਨੇ ਤੋ ਉਹ ਕੀ ਕਰਨਗੇ ਆਪਣੇ ਹਲਕੇ ਦੇ ਨਾਗਰਿਕਾਂ ਵਾਸਤੇ, ਇੱਕ ਸਿੰਗਲ ਪੁਆਇੰਟ ਨਹੀਂ ਸੀ। ਹਾਂ ਇਹ ਬਹੁਤ ਜਲਦੀ ਕਹਿ ਦਿੱਤਾ ਗਿਆ ਸੀਗਾ ਕਿ ਆਮ ਆਦਮੀ ਪਾਰਟੀ ਨੂੰ ਇਸ ਵਕਤ ਫੰਡਸ ਦੀ ਲੋੜ ਹੈ ਤੋ ਸਾਰੇ ਵੱਧ ਤੋਂ ਵੱਧ ਡੋਨੇਟ ਕਰਨ। ਮੇਰੇ ਖਿਆਲ ਜੀ ਇਸ ਟਾਈਮ ਫੇਸਬੁੱਕ ਤੇ ਮੀਡੀਆ ਤੇ ਜੋ ਚੱਲ ਰਿਹਾ ਹੈ ਹਾਂਜੀ ਕਿੱਥੋਂ ਕਿੱਥੋਂ ਜਾ ਕੇ ਸਿਰਫ ਫੰਡਾਂ ਦੀ ਹੀ ਸਿਰਫ ਫੰਡ ਹੀ ਇਕੱਠੇ ਕੀਤੇ ਜਾ ਰਹੇ ਹਾਂਜੀ ਫੰਡ ਇਕੱਠੇ ਔਰ ਖਾਸ ਤੌਰ ਤੇ NRIs ਕੋਲੋਂ ਬੜੀ ਤੇਜ਼ੀ ਨਾਲ ਫੰਡ ਇਕੱਠੇ ਕੀਤੇ ਜਾ ਰਹੇ ਨੇ। ਸੋ ਮੈਂ ਤਾਂ ਸਾਰੇ ਆਪਣੇ ਸਰੋਤੇ ਨੂੰ ਇਹ ਅਪੀਲ ਕਰਾਂਗੀ ਕਿ ਤੁਹਾਡਾ ਹਾਰਡ ਅਰਨਡ ਪੈਸਾ ਹੈ, ਬਹੁਤ ਮਿਹਨਤ ਆਉਂਦੀ ਹੈ ਪੈਸਾ ਕਮਾਉਣ 'ਚ, ਚਾਹੇ ਬਾਹਰਲੇ ਦੇਸ਼ਾਂ 'ਚ ਹੋ ਚਾਹੇ ਆਪਣੇ ਵਤਨ 'ਚ ਹੋ, ਸੋ ਸੋਚ ਸਮਝ ਕੇ ਤੁਸੀਂ ਆਪਣਾ ਪੈਸਾ ਜਿਹੜਾ ਹੈ ਉਹ ਡੋਨੇਟ ਕਰੋ। ਅਸੀਂ ਇਹ ਨਹੀਂ ਕਹਿੰਦੇ ਤੁਸੀਂ ਡੋਨੇਸ਼ਨ ਨਾ ਕਰੋ, ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਸੁਸਾਇਟੀ ਦੇ ਕੰਮ ਜਿਹੜੇ ਕਰਨੇ ਚਾਹੀਦੇ ਆ। ਸੋ ਡੋਨੇਸ਼ਨ ਇੱਕ ਬੜਾ ਇੰਪੋਰਟੈਂਟ ਐਸਪੈਕਟ ਹੈ ਸਾਡੀਆਂ ਜ਼ਿੰਦਗੀਆਂ ਦਾ ਔਰ ਉਹ ਦਾਨ ਹੋਣਾ ਚਾਹੀਦਾ ਹੈ, ਪਰ ਤੁਸੀਂ ਇਹ ਜ਼ਰੂਰ ਪੜਚੋਲ ਕਰ ਲਓ ਕਿ ਉਹ ਤੁਹਾਡਾ ਪੈਸਾ ਕਿੱਥੇ ਲੱਗਣ ਜਾ ਰਿਹਾ ਹੈ, ਜਾਂ ਕਿਸੇ ਦੇ ਨਿੱਜੀ ਖਾਤੇ ਵਿੱਚ ਉਹ ਪੈਸਾ ਸਮਾ ਜਾਣਾ ਹੈ, ਜਾਂ ਕਿਸੇ ਪਬਲਿਕ ਗੁੱਡ ਵਾਸਤੇ ਕਿਸੇ ਲਾਰਜਰ ਗੁੱਡ ਵਾਸਤੇ ਉਹ ਪੈਸਾ ਲੱਗੇਗਾ। ਸੋ ਇੰਨਾ ਜ਼ਰੂਰ ਸਾਡੇ ਦੇਖ ਲੈਣ ਜੀ। ਵੈਸੀ ਜਿਹੜੇ ਇਹਨਾਂ ਦੇ ਕਰਿੰਦੇ ਨੇ ਪਾਰਟੀ ਵਿੱਚ ਕੰਮ ਕਰਨ ਵਾਲੇ ਜਿਹੜੇ ਜਿਹਨਾਂ ਨੂੰ ਵਲੰਟੀਅਰ ਕਿਹਾ ਜਾਂਦਾ ਹੈ, ਇਹ ਵੀ ਆਪਣੇ ਆਪ ਦੇ ਵਿੱਚ ਇੱਕ, ਕਿਉਂਕਿ ਜੇ ਆਪਾਂ ਆਪਣੇ ਗਦਰੀ ਬਾਬਿਆਂ ਦਾ ਇਤਿਹਾਸ ਪੜ੍ਹੀ, ਉਹ ਇੱਕ ਦੂਸਰੇ ਨੂੰ ਭਾਈ ਕਹਿ ਕੇ ਸੰਬੋਧਿਤ ਹੁੰਦੇ ਨੇ, ਇੱਕ ਇਹ ਦੂਸਰਾ ਜਿਹੜੇ ਨਵੇਂ ਖੱਬੇ ਪੱਖੀ ਇੱਕ ਉਹਨੂੰ ਸਾਥੀ ਕਹਿੰਦੇ ਨੇ, ਸਾਰੇ ਸਾਡੇ ਇਹ ਵਲੰਟੀਅਰ ਬਿਲਕੁਲ ਇੱਕ ਤਰ੍ਹਾਂ ਦਾ ਜਿਹੜਾ ਇੱਕ ਅਨਪੇਡ ਕੋਈ ਤੁਹਾਡਾ ਵਰਕਰ ਹੋਵੇ ਉਹੋ ਜਿਹਾ ਇੱਕ ਤਰ੍ਹਾਂ ਦਾ ਡਾਊਨ ਦੇਖਣ ਵਾਲਾ ਇਹਨਾਂ ਦਾ। ਹਾਂ ਆਈ ਸੁਪੋਜ਼ ਉਹ ਇਹ ਵੀ ਕਹਿ ਸਕਦੇ ਨੇ ਕਿ ਉਹ ਆਪਣੀ ਮਰਜ਼ੀ ਨਾਲ ਵਲੰਟੀਅਰ ਕਰਕੇ ਕੰਮ ਕਰ ਰਹੇ ਨੇ, ਸੋ ਹਾਂ, ਪਰ ਇੱਕ ਕੋਈ ਚੰਗਾ ਰੁਝਾਨ ਨਹੀਂ ਹੈ, ਸਾਰਿਆਂ ਨੂੰ ਇੱਕ ਬਰਾਬਰ ਦਾ ਦਰਜਾ ਹੋਣਾ ਚਾਹੀਦਾ ਹੈ। ਉਹ ਉਹਨਾਂ ਨੂੰ ਵਲੰਟੀਅਰਸ ਹੀ ਕਿਉਂ ਕਿਹਾ ਜਾ ਰਿਹਾ, ਉਹ ਆਮ ਆਦਮੀ ਪਾਰਟੀ ਦੇ ਮੈਂਬਰਸ ਕਿਉਂ ਨਹੀਂ ਤੁਸੀਂ ਉਹਨਾਂ ਨੂੰ ਕਹਿੰਦੇ, ਆਮ ਆਦਮੀ ਪਾਰਟੀ ਵਾਸਤੇ ਹੀ ਵਲੰਟੀਅਰ ਕਰ ਰਹੇ ਨੇ, ਸੋ ਉਹ ਵੀ ਤੇ ਮੈਂਬਰਸ ਹੀ ਨੇ, ਤੁਹਾਡੇ ਸਾਥੀ ਨੇ ਉਹ। ਬਿਲਕੁਲ 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 ਬਿਲਕੁਲ, ਅਸੀਂ ਤੇ ਇਸ ਤਰ੍ਹਾਂ ਦੇਖਦੇ ਹਾਂ। ਬਹੁਤ ਮੇਰੇ ਖਿਆਲ ਆਪਣੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਵੋਟਰ ਨੇ ਬਹੁਤ ਧਿਆਨ ਦੇ ਨਾਲ ਉਹਨਾਂ ਨੂੰ ਇਹ ਔਰ ਬਿਲਕੁਲ ਸਾਥੀ ਸੁਦਰਸ਼ਨ ਉਹਨਾਂ ਨੇ ਪਿਛਲੇ ਹਫ਼ਤੇ ਕਿਹਾ ਸੀਗਾ ਕਿ ਜਿਹੜਾ ਸਰਮਾਏਦਾਰ ਆ ਉਹ ਬਹੁਤ ਛਾਤਰ ਹੈ, ਉਹ ਆਪਣੀ ਜਿਹੜੀ ਜਿਹੜਾ ਲਾਈਨ ਆ ਉਹਦੇ ਵਿੱਚ ਬੰਦੇ ਲਾ ਕੇ ਰੱਖਦਾ, ਮਨਮੋਹਨ ਸਿੰਘ ਤੋਂ ਸ਼ੁਰੂ ਹੋ ਕੇ ਮੋਦੀ ਤੋਂ ਬਾਅਦ ਕੇਜਰੀਵਾਲ, ਕੇਜਰੀਵਾਲ ਤੋਂ ਬਾਅਦ ਫਿਰ ਮਮਤਾ ਬੈਨਰਜੀ ਦਾ ਵੀ ਨਾਂ ਆ ਰਿਹਾ। ਸੋ ਬਹੁਤ ਕੇਅਰਫੁਲ ਔਰ
ਮੈਂ ਕਹਿੰਦਾ ਕਿ ਜੀ ਇਨਕਲਾਬ ਦਾ ਜਿਹੜਾ ਨਾਰਾ ਇਹਨਾਂ ਨੇ ਮਿੱਟੀ 'ਚ ਰੋਲ ਕੇ ਰੱਖਤਾ ਜੀ, ਔਰ ਜਦਕਿ ਇਹਨਾਂ ਦਾ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਕੋਈ ਇਹਨਾਂ ਮਾੜਾ ਮੋਟਾ ਇਨਕਲਾਬੀ ਬੰਦਾ ਸੀਗਾ ਧਰਮਵੀਰ ਗਾਂਧੀ ਵਰਗਾ, ਉਹਨਾਂ ਨੂੰ ਇਹਨਾਂ ਨੇ ਬਿਲਕੁਲ ਕੱਢ ਕੇ ਮਾਰਿਆ। ਔਰ ਕਿਸ ਤਰੀਕੇ ਦੇ ਨਾਲ ਬੜੀ ਕੈਂਪੇਨ ਚਲਾ ਕੇ ਉਹਨੂੰ ਜੀ, ਮੈਨੂੰ ਇੰਨੀ ਹੈਰਾਨੀ ਹੁੰਦੀ ਹੈ ਵੈਸੇ, ਜੇ ਫੇਸਬੁੱਕ ਤੁਸੀਂ ਖੋਲੋ ਕਿ ਕਿੰਨਾ ਇਹਨਾਂ ਕੋਲ ਪੈਸਾ ਕਿਸ ਤਰੀਕੇ ਦੇ ਨਾਲ, ਇਹ ਕਿ ਬੜੀ ਸਟ੍ਰੈਟਜੀ ਦੇ ਨਾਲ, ਆਪਾਂ ਅਗਲੇ ਪ੍ਰੋਗਰਾਮ 'ਚ ਇਹ ਵੀ ਗੱਲ ਕਰਨੀ ਹੈ, ਬੜੀ ਇੱਕ ਸਟ੍ਰੈਟਜੀ ਦੇ ਤਹਿਤ ਇਹ ਸਾਰੀ ਆਪਣੀ ਕੈਂਪੇਨ ਚਲਾ ਰਹੇ ਨੇ। ਕਿਉਂਕਿ ਮੈਂ ਉਹਨਾਂ ਦਾ ਕਿਸੇ ਦਾ ਵੀ ਮੈਂਬਰਸ਼ਿਪ ਨਹੀਂ ਹੈਗੀ ਮੇਰੇ ਕੋਲ, ਜਿਹੜੀ ਭਗਵੰਤ ਮਾਨ ਅਤੇ ਫੈਨ ਘੁੱਗੀ ਦਾ ਅਤੇ ਚਿੜੀ ਦਾ ਫੇਸਬੁੱਕ ਪੇਜਸ, ਹਾਂਜੀ ਹਾਂਜੀ ਹਾਂਜੀ, ਅਤੇ ਉਹ ਪੇਜਸ ਪਰ ਆਪਣੇ ਆਪ ਆ ਹੀ ਜਾਂਦੇ ਆ। ਸੋ ਕਿਸ ਤਰੀਕੇ ਦੇ ਨਾਲ ਜਿਹੜੀਆਂ ਇੰਟਰਨੈਸ਼ਨਲ ਤਾਕਤਾਂ ਨੇ ਫੇਸਬੁੱਕ ਵਰਗੀਆਂ ਜਿਹੜੀਆਂ, ਉਹ ਸਾਰੇ ਇਹ ਤਾਣਾ ਬਾਣਾ ਇਹ ਆਪਸ ਵਿੱਚ ਕੀ ਰਲਿਆ ਹੋਇਆ ਆ, ਇਹ ਬੜੀ ਇੱਕ ਖਤਰਨਾਕ ਜਿਹੜਾ ਸੰਦਰਭ ਉਹ ਚੱਲ ਰਿਹਾ ਹੈ। ਔਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿਸ ਤਰੀਕੇ ਨਾਲ ਉਹ ਕਿਸਾਨਾਂ ਦੇ ਹਮਦਰਦ ਹੋਣਗੇ, ਕਿਸ ਤਰੀਕੇ ਨਾਲ ਉਹ ਮਜ਼ਦੂਰਾਂ ਦੇ ਹਮਦਰਦ ਹੋਣਗੇ, ਕਿਉਂਕਿ ਜਿਹੜਾ ਕੈਪੀਟਲਿਸਟ ਸਿਸਟਮ ਆ ਉਹਨੂੰ ਤਾਂ ਉਹ ਕਹਿੰਦੇ ਵੀ ਹਾਂ ਅਸੀਂ ਉਹਨੂੰ ਇੱਦਾਂ ਹੀ ਕਿਸੇ ਵੀ ਤਰੀਕੇ ਦੇ ਨਾਲ, ਇਨਕਲਾਬ ਵਾਲੀ ਗੱਲ ਉਹਦੇ ਵਿੱਚ ਬਿਲਕੁਲ ਨਹੀਂ ਹੈ। ਔਰ ਅਸੀਂ ਹਰ ਇੱਕ ਦੋ ਦਿਨ ਬਾਅਦ ਕੋਸ਼ਿਸ਼ ਕਰੀਏ ਵੀ ਸ਼ਾਇਦ ਯੂਟਿਊਬ 'ਤੇ ਜਾਂ ਕੋਈ ਇਹਨਾਂ ਦਾ ਆਪ ਦਾ ਕੋਈ ਇਹਨਾਂ ਦਾ ਬੁਲਾਰਾ ਹੋਵੇ, ਸ਼ਾਇਦ ਉਹਦੇ ਪੱਲੇ ਕੁਛ ਹੋਵੇ, ਪਰ ਸਾਨੂੰ ਅੱਜ ਤੱਕ ਕਿਸੇ ਦੇ ਪੱਲੇ ਕੁਛ ਨਹੀਂ ਲੱਭਿਆ ਹੈਗਾ। ਹਾਂ, ਪੱਲੇ ਇਨ ਦਾ ਸੈਂਸ ਕਿ ਜਿਹੜੇ ਮਸਲੇ ਨੇ, ਜਿਹੜੇ ਮੁੱਦੇ ਨੇ, ਉਹ ਕਰਪਸ਼ਨ 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 ਸੁਣੀ ਜਾ ਰਹੇ ਹਾਂ ਕਿ ਕਰਪਸ਼ਨ ਹਟਾ ਦਾਂਗੇ, ਕਰਪਸ਼ਨ ਹਟਾ ਦਾਂਗੇ। ਕਰਪਸ਼ਨ ਇੱਕ ਜਿਹੜੀ ਬਹੁਤ ਵੱਡੀ ਪ੍ਰੋਬਲਮ ਹੈ, ਉਹਦੇ ਕਈ ਕਈ ਤਰੀਕਿਆਂ ਨਾਲ ਉਹ ਪ੍ਰੋਬਲਮ ਸਾਡੇ ਦੇਸ਼ 'ਚ ਜਿਹੜੀ ਇਨਕੁਆਲਿਟੀ ਦੀ ਹੈ, ਨਾ ਬਰਾਬਰਤਾ ਦੀ ਹੈ, ਉਹ ਮੈਨੀਫੈਸਟ ਹੁੰਦੀ ਹੈ ਕਈ ਤਰੀਕਿਆਂ 'ਚ। ਸੋ ਕਰਪਸ਼ਨ ਵੀ ਉਹ ਇੱਕ ਰੂਪ, ਉਹਦਾ ਸਿਮਟਮ ਹੈ ਉਸ ਪ੍ਰੋਬਲਮ ਦਾ। ਸੋ ਤੁਸੀਂ ਸਿਰਫ ਇੱਕ ਸਿਮਟਮ ਨੂੰ ਕਹੀ ਜਾ ਰਹੇ ਹੋ ਕਿ ਠੀਕ ਹੈ, ਸਿਮਟਮਸ ਨੂੰ ਵੀ ਕਿਸੇ ਨਾ ਕਿਸੇ ਨੂੰ ਡੀਲ ਕਰਨਾ ਪਏਗਾ, ਮੈਨੇਜ ਕਰਨਾ ਪਏਗਾ, ਪਰ ਨਾਲ ਦੇ ਨਾਲ ਜਿਹੜੀ ਇੱਕ ਜੜ ਹੈ, ਪ੍ਰੋਬਲਮ ਹੈ ਜਿਹੜੀ, ਉਹ ਵੀ ਤਾਂ ਖੜਨੀ ਪਏਗੀ ਨਾ। ਸੋ ਉਹ ਜੜ ਵੱਲ ਤਾਂ ਕੋਈ ਗੱਲ ਕਰ ਹੀ ਨਹੀਂ ਰਿਹਾ ਨਾ, ਕਿ ਉਹ ਕੰਪਲੀਟ ਸਿਸਟਮ ਜਿਹੜਾ ਅਪਰੂਟ ਕਰਕੇ ਉਹਦੀ ਜਗ੍ਹਾ 'ਤੇ ਇੱਕ ਕੋਈ ਇਗੈਲਟੇਰੀਅਨ ਜਾਂ ਇਕੁਆਲਿਟੀ ਵਾਲਾ ਸਿਸਟਮ ਅਸਟੈਬਲਿਸ਼ ਕਰਨਾ, ਉਹ ਤਾਂ ਅੱਜ ਤੱਕ ਕਿਸੇ ਵੀ ਆਮ ਆਦਮੀ ਪਾਰਟੀ ਦੇ ਮੈਂਬਰ ਕੋਲੋਂ ਜਾਂ ਵਲੰਟੀਅਰ ਕੋਲੋਂ ਨਹੀਂ ਸੁਣੀ ਗੱਲ, ਅਸੀਂ ਬਸ ਇਹੋ ਹੀ ਹੈ ਕਿ ਕਰਪਸ਼ਨ ਹਟਾ ਦੇਵਾਂਗੇ। ਸੋ ਕੋਈ ਜਿਹੜੀ ਕਿ ਠੋਸ ਗੱਲ ਇਸ ਤਰ੍ਹਾਂ ਦੀ ਕਦੀ ਸੁਣਨ ਨੂੰ ਨਹੀਂ ਮਿਲੀ ਜਿਹਦੇ ਤੋਂ ਸਾਨੂੰ ਕੋਈ ਥੋੜ੍ਹੀ ਬਹੁਤੀ ਆਸ ਹੋਵੇ ਕਿ ਇਹ ਪਾਰਟੀ ਵਾਕਿਆ ਹੀ ਇਨਕਲਾਬ ਲਿਆਏਗੀ। ਇਨਕਲਾਬ ਦਾ ਮਤਲਬ ਕਿ ਚੇਂਜ ਫੋਰ ਦਾ ਬੈਟਰ, ਮੈਂ ਇਨਕਲਾਬ ਇਸ ਗੱਲ ਨੂੰ ਮੰਨਦੀ ਹਾਂ। ਹਾਂ, ਮਤਲਬ ਜੜੋਂ ਚੇਂਜ ਹੋਏਗੀ ਤਾਂ ਹੀ ਤੁਹਾਡੀ ਸਿਚੁਏਸ਼ਨ ਇੰਪਰੂਵ ਹੋਏਗੀ ਨਾ। ਅਗਰ ਤੁਸੀਂ ਉੱਤੋਂ ਠੀਕ ਠਾਕ ਕਰਕੇ ਝਾੜੂ ਦੇ ਕੇ ਪੋਚਾ ਫੇਰ ਦਿੰਦੇ ਹੋ, ਉਹਦੇ ਨਾਲ ਤਾਂ ਉਹ ਵਕਤੀ ਤੌਰ ਤੇ ਥੋੜਾ ਜਿਹਾ ਕੋਈ ਰਾਹਤ ਮਿਲ ਸਕਦੀ ਹੈ ਟੈਂਪਰੇਰੀਲੀ। ਬਿਲਕੁਲ ਬਿਲਕੁਲ, ਪਰ ਉਹ ਦੁਬਾਰਾ ਫਿਰ ਉਹੀ ਰਿਪੀਟ ਹੋਏਗਾ ਸਾਰਾ ਕੁਝ। ਬਿਲਕੁਲ ਜੀ, ਇਹ ਦੁਨੀਆ ਦਾ ਜਿਹੜਾ ਇੰਪੀਰੀਅਲਿਜ਼ਮ ਆ, ਸਾਮਰਾਜਵਾਦ ਹੈ, ਉਹਦਾ ਹੀ ਇੱਕ ਇਹ ਨਵਾਂ ਚਿਹਰਾ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ, ਉਹ ਲੋਕਾਂ ਦਾ ਧਿਆਨ ਹਟਾਉਣ ਲਈ ਜਿਹੜੇ ਸੰਘਰਸ਼ ਸਹੀ ਜਿਹੜੇ ਸੰਘਰਸ਼ ਨੇ। ਸੋ ਅਨੂ ਜੀ, ਆਪਾਂ ਸਹੀ ਸੰਘਰਸ਼ਾਂ ਦੀ ਗੱਲ ਕਰਦੇ ਸੀਗੇ, ਸੋ ਜਿਹੜੇ ਆਪਣੇ ਸਰੋਤੇ ਸੁਣ ਰਹੇ ਨੇ, ਇਹ ਜਿਹੜੇ ਤਿੰਨ ਆਪਣੇ ਅਨੂ ਜੀ ਜਿਹੜੇ ਇਨਕਲਾਬੀ ਮੈਗਜ਼ੀਨ ਆਉਂਦੇ ਨੇ, ਜਿਹਦੇ ਵਿੱਚ ਅਸੀਂ ਲੋਕ ਕਾਫਲਾ ਦੀ ਹਮੇਸ਼ਾ ਗੱਲਬਾਤ ਕਰਦੇ ਰਹਿੰਦੇ ਹਾਂ, ਲਾਲ ਪਰਚਮ ਹੈ, ਸੁਰਖਲੀ ਹੈ, ਸੋ ਇਹ ਤਿੰਨਾਂ ਨੇ ਆਪਸ ਦੇ ਵਿੱਚ ਮਿਲ ਕੇ ਇੱਕ ਖਾਸ, ਇਹ ਮੈਂ ਦਿਖਾ ਦਿਆਂ ਜਿਹਦੀ ਪਿਕਚਰ, ਇਹ ਖਾਸ ਜਿਹੜਾ ਪੈਂਫਲੇਟ ਆ ਉਹ ਤਿਆਰ ਕੀਤਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਮੌਜੂਦਾ ਲੁਟੇਰੇ ਪ੍ਰਬੰਧ ਦਾ ਇਨਕਲਾਬੀ ਬਦਲ ਉਭਾਰੋ ਵਿਸ਼ੇਸ਼ ਸਪਲੀਮੈਂਟ ਇਹ ਕੀਤਾ। ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਵੀ ਸਾਡੇ ਨਿਊਜ਼ੀਲੈਂਡ ਦੇ ਸਰੋਤੇ ਨੇ,
ਜਿਹੜੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਜਿਨ੍ਹਾਂ ਦੇ ਕੋਲ ਤੇ ਕੰਪਿਊਟਰ ਜਾਂ ਵਟਸਐਪ ਦਾ ਹੈਗਾ ਆ, ਉਹਨਾਂ ਦੇ ਕੋਲ ਫੈਸਿਲਿਟੀ ਹੈ ਆ, ਅਤੇ ਸਾਨੂੰ ਉਹ ਈਮੇਲ ਐਡਰੈਸ ਪਹਿਲਾਂ ਵੀ ਦਿੱਤੇ ਹੋਏ ਨੇ, ਪਰ ਜਿਹੜੇ ਹੋਰ ਜਿਹੜੇ ਸਰੋਤੇ ਸੁਣ ਰਹੇ ਉਹਨਾਂ ਨੂੰ ਅਸੀਂ ਇਹ ਪੈਂਫਲੇਟ ਭੇਜ ਸਕਦੇ ਹਾਂ, ਔਰ ਜਾਂ ਫਿਰ ਜਿਨ੍ਹਾਂ ਦੇ ਕੋਲ ਇਹੋ ਜਿਹੀ ਫੈਸਿਲਿਟੀ ਨਹੀਂ ਹੈ ਸਾਨੂੰ, ਕਿਉਂਕਿ ਅਸੀਂ ਆਹ ਜਿਹੜਾ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈ ਪੰਥਕ ਵਿਚਾਰ ਮੰਚ, ਉਹਦੇ ਵਿੱਚ ਵੀ ਮੁੱਦੇ ਅਸੀਂ ਡਿਸਕਸ ਕਰਦੇ ਹਾਂ, ਬਾਅਦ 'ਚ ਤੁਹਾਨੂੰ ਦੱਸਦੇ ਹਾਂ, ਉਹਦਾ ਵਿੱਚ ਗੈਪ ਹੋਊਗਾ, ਉਹ ਤੁਸੀਂ ਸਟੂਡੀਓ ਦੇ ਨੰਬਰ 815-8100 'ਤੇ ਸਾਨੂੰ ਫੋਨ ਕਰ ਸਕਦੇ ਹੋ, ਅਤੇ ਉਹਦੇ ਵਿੱਚ ਫਿਰ ਸਾਨੂੰ ਅਸੀਂ ਇਹ ਪੈਂਫਲੈਟ ਜਿਹੜਾ ਭੇਜ ਸਕਦੇ ਹਾਂ ਕਿ ਇਹ ਮਸਲਾ ਐਕਚੁਅਲੀ ਚੋਣਾਂ ਦਾ ਹੈ ਕੀ ਆ। ਔਰ ਅਨੂ ਜੀ, ਤੁਸੀਂ ਇਹ ਜਿਹੜਾ ਇਹਦੇ ਜਿਹੜਾ ਲਾਸਟ ਵਾਲਾ ਪੰਨਾ ਆ, ਇਹਦੇ ਵਿੱਚ ਬਿਲਕੁਲ ਉੱਪਰੋਂ ਸ਼ੁਰੂ ਕਰਕੇ ਇਹਨੂੰ ਪੜ੍ਹਤਾ ਜਾਵੇ, ਸੋ ਪਤਾ ਲੱਗੇ ਕਿ ਕਿਹੋ ਜਿਹਾ ਇਹਦੇ ਵਿੱਚ ਮਟੀਰੀਅਲ ਹੈ। ਹਾਂਜੀ ਹਾਂਜੀ, ਕਹਿੰਦੇ ਨੇ ਜੀ, ਹਾਕਮ ਜਮਾਤੀ ਵੋਟ ਕੜਮਾਸ ਦੌਰਾਨ ਜਥੇਬੰਦਕ ਲੋਕ ਤਾਕਤ ਵਾਲੇ ਬਦਲਵੇਂ ਸੰਗਰਾਮੀ ਰਾਹ ਦਾ ਹੋਕਾ ਦੇਵੇਗੀ। ਰਾਜ ਬਦਲੋ ਸਮਾਜ ਬਦਲੋ ਕਾਨਫਰੰਸ 31 ਜਨਵਰੀ ਨੂੰ ਬਠਿੰਡਾ 'ਚ ਹੋਵੇਗੀ। ਸੂਬਾ ਪੱਧਰੀ ਕਾਨਫਰੰਸ ਵਿਸ਼ਾਲ ਜਨਤਕ ਮੁਹਿੰਮ ਰਾਹੀਂ ਦਿੱਤਾ ਜਾਵੇਗਾ ਹਕੀਕੀ ਲੋਕ ਵਿਕਾਸ ਮਾਡਲ ਦਾ ਹੋਕਾ। ਤੋ ਥੱਲੇ ਉਹਦਾ ਜਿਹੜਾ ਵਿਸਥਾਰ ਉਹ ਲਿਖਦੇ ਨੇ, ਕਹਿੰਦੇ ਨੇ, ਪੰਜਾਬ ਦੇ ਵੱਖ ਵੱਖ ਜਨਤਕ ਆਗੂਆਂ ਵੱਲੋਂ ਗਠਿਤ ਕੀਤੀ ਗਈ ਕਮੇਟੀ ਨੇ ਐਲਾਨ ਕੀਤਾ ਹੈ ਕਿ ਰੰਗ ਬਿਰੰਗੀਆਂ ਵੋਟ ਪਾਰਟੀਆਂ ਦੇ ਚੋਣ ਅਖਾੜੇ ਦੇ ਮੁਕਾਬਲੇ ਤੇ ਲੋਕ ਸਮੱਸਿਆਵਾਂ ਦੇ ਹੱਲ ਲਈ ਜਥੇਬੰਦ ਲੋਕ ਤਾਕਤ ਦੀ ਉਸਾਰੀ ਕਰਕੇ ਸੰਘਰਸ਼ਾਂ ਤੇ ਟੇਕ ਰੱਖਣ ਦਾ ਹੋਕਾ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਹਾਕਮ ਜਮਾਤੀ ਪਾਰਟੀਆਂ ਵੱਲੋਂ ਚੋਣਾਂ ਦੇ ਹਮਲੇ ਰਾਹੀਂ ਲੋਕਾਂ ਦੀ ਜਮਾਤੀ ਤਬਕਾਤੀ ਏਕਤਾ 'ਚ ਪਾਟਕ ਪਾਉਣ ਦੇ ਮਨਸੂਬਿਆਂ ਖਿਲਾਫ਼ ਸੁਚੇਤ ਕੀਤਾ ਜਾਵੇਗਾ। ਲੋਕਾਂ ਦੀ ਅਸਲ ਤਰੱਕੀ ਤੇ ਖੁਸ਼ਹਾਲੀ ਦੀ ਜ਼ਾਮਨੀ ਕਰਨ ਲਈ ਲੋਕਾਂ ਦੀ ਆਪਣੀ ਪੁੱਗਤ ਵਾਲੇ ਰਾਜ ਤੇ ਸਮਾਜ ਦੀ ਉਸਾਰੀ ਕਰਨ ਦਾ ਸੰਦੇਸ਼ ਦਿੱਤਾ ਜਾਵੇਗਾ। ਪੰਜਾਬ ਦੇ ਵੱਖ ਵੱਖ ਤਬਕਿਆਂ ਦੀਆਂ ਉੱਭਰਵੀਆਂ ਜਨਤਕ ਸ਼ਖਸੀਅਤਾਂ ਤੇ ਆਧਾਰਿਤ ਇਸ ਕਮੇਟੀ ਦਾ ਗਠਨ ਚੋਣਾਂ ਦੇ ਸ਼ੋਰ ਸ਼ਰਾਬੇ ਦੌਰਾਨ ਲੋਕ ਧੜੇ ਦੇ ਹਕੀਕੀ ਮੁੱਦਿਆਂ ਨੂੰ ਉਭਾਰਨ ਅਤੇ ਇਹਨਾਂ ਦੀ ਪ੍ਰਾਪਤੀ ਲਈ ਚੋਣਾਂ ਦੀ ਥਾਂ ਖਾੜਕੂ ਜਨਤਕ ਘੋਲਾਂ ਦਾ ਬਦਲਵਾਂ ਰਾਹ ਉਭਾਰਨ ਦੇ ਮਕਸਦ ਨਾਲ ਕੀਤਾ ਗਿਆ ਹੈ। ਇਸ ਕਮੇਟੀ ਵੱਲੋਂ ਪੰਜਾਬ ਭਰ 'ਚ ਚੋਣਾਂ ਤੱਕ ਰਾਜ ਬਦਲੋ ਸਮਾਜ ਬਦਲੋ ਮੁਹਿੰਮ ਚਲਾਉਂਦਿਆਂ ਸਿਖਰ 'ਤੇ 29 ਜਨਵਰੀ ਨੂੰ ਬਠਿੰਡਾ 'ਚ ਸੂਬਾ ਪੱਧਰੀ ਕਾਨਫਰੰਸ ਕੀਤੀ ਜਾਵੇਗੀ। ਇਸ ਕਮੇਟੀ ਦੀ ਅੱਜ ਹੋਈ ਮੀਟਿੰਗ ਦੀ ਜਾਣਕਾਰੀ ਦਿੰਦਿਆਂ, ਇਹ ਅੱਜ ਤੋਂ ਮਤਲਬ ਮੇਰੇ ਖਿਆਲ ਇਹ 2-3 ਦਿਨ ਪਹਿਲਾਂ ਸਾਨੂੰ ਮਿਲਿਆ ਸੀ ਉਦੋਂ ਦਾ ਜ਼ਿਕਰ ਹੈ। ਇਸ ਕਮੇਟੀ ਦੀ ਅੱਜ ਹੋਈ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰਾਂ ਝੰਡਾ ਸਿੰਘ ਜੇਠੂਕੇ, ਬੂਟਾ ਸਿੰਘ ਬੁਰਜਗਿੱਲ ਤੇ ਸ਼ਿੰਦਰ ਸਿੰਘ ਨੱਥੂਵਾਲਾ ਨੇ ਦੱਸਿਆ ਕਿ ਚੋਣਾਂ 'ਚ ਉਤਰੀਆਂ ਮੌਕਾ ਪ੍ਰਸਤ ਹਾਕਮ ਜਮਾਤੀ ਪਾਰਟੀਆਂ ਜਿਨ੍ਹਾਂ ਆਰਥਿਕ ਸੁਧਾਰਾਂ ਨੂੰ ਪੰਜਾਬ ਦੇ ਵਿਕਾਸ ਦੀ ਕੁੰਜੀ ਦਰਸਾ ਰਹੀਆਂ ਹਨ, ਅਸਲ 'ਚ ਇਹੀ ਨੀਤੀਆਂ ਪੰਜਾਬ ਦੇ ਲੋਕਾਂ ਦੇ ਵਿਨਾਸ਼ ਲਈ ਜ਼ਿੰਮੇਵਾਰ ਹਨ। ਸਾਮਰਾਜੀਆਂ, ਸਰਮਾਏਦਾਰਾਂ, ਜਗੀਰਦਾਰਾਂ ਤੇ ਭੋਏ ਸਰਦਾਰਾਂ ਹੱਥੋਂ ਲੋਕਾਂ ਦੀ ਕਿਰਤ ਦੀ ਲੁੱਟ ਦਾ ਅਮਲ ਹੋਰ ਤੇਜ਼ ਕਰਨ ਵਾਲੀਆਂ ਇਹ ਨੀਤੀਆਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਬੀਤੇ 10 ਸਾਲਾਂ ਦੌਰਾਨ ਲਾਗੂ ਕੀਤੀਆਂ ਹਨ ਤੇ ਲਗਭਗ ਸਾਰੀਆਂ ਪਾਰਟੀਆਂ ਨੇ ਇਹਨਾਂ ਨੀਤੀਆਂ ਨੂੰ ਵੱਖੋ ਵੱਖਰੇ ਰਾਜਾਂ ਅਤੇ ਕੇਂਦਰ 'ਚ ਵਾਰੋ ਵਾਰੀ ਲਾਗੂ ਕੀਤਾ ਹੈ। ਇੱਕ ਹੱਥ ਲੋਕਾਂ ਨੂੰ ਜੂਨ ਗੁਜ਼ਾਰੇ ਦੇ ਸਾਧਨਾਂ ਤੋਂ ਵਾਂਝੇ ਜ਼ਮੀਨਾਂ ਤੇ ਰੁਜ਼ਗਾਰ ਉਜਾੜਾ ਕਰਕੇ ਕਰ ਰਹੀਆਂ ਹਨ। ਇਹ ਪਾਰਟੀਆਂ ਹੁਣ ਚੋਣਾਂ ਰਾਹੀਂ ਦੂਜੇ ਹੱਥ ਨਿੱਕੀਆਂ ਨਿਗੂਣੀਆਂ ਰਾਇਤਾਂ ਦੇ ਲਾਲਚਾਂ ਰਾਹੀਂ ਵੋਟਾਂ ਦਾ ਸੌਦਾ ਕਰ ਰਹੀਆਂ ਹਨ। ਉਹਨਾਂ ਅੱਗੇ ਕਿਹਾ ਕਿ ਅੱਜ ਦਲਿਤ ਵੋਟਾਂ 'ਤੇ ਅੱਖ ਰੱਖੀ ਬੈਠੀਆਂ ਪਾਰਟੀਆਂ ਵੱਲੋਂ ਦਲਿਤ ਹੇਜ ਦਾ ਦੰਭ ਕੀਤਾ ਜਾ ਰਿਹਾ ਹੈ, ਜਦਕਿ ਹੁਣ ਤੱਕ ਦਲਿਤ ਹਿੱਸਿਆਂ ਨੂੰ ਹਾਸ਼ੀਏ 'ਤੇ ਰੱਖਣ ਲਈ ਇਹ ਲੁਟੇਰ ਪ੍ਰਬੰਧ ਹੀ
ਜ਼ਿੰਮੇਵਾਰ ਹੈ ਜਿਸ ਦੀ ਸੇਵਾ 'ਚ ਇਹ ਸਾਰੀਆਂ ਪਾਰਟੀਆਂ ਜੁਟੀਆਂ ਹੋਈਆਂ ਹਨ ਪਹਿਲਾਂ ਹਮੀਰਗੜ੍ਹ ਤੇ ਹੁਣ ਜਲੂਰ ਵਰਗੇ ਕਾਂਡ ਦੱਸਦੇ ਹਨ ਕਿ ਕਿਵੇਂ ਇਹ ਰਾਜ ਭਾਗ ਦਲਿਤਾਂ ਨੂੰ ਪੰਚਾਇਤੀ ਜ਼ਮੀਨਾਂ ਦੇ ਕਾਨੂੰਨੀ ਹੱਕ ਨੂੰ ਦੇਣ ਤੋਂ ਵੀ ਇਨਕਾਰੀ ਹੈ ਤੇ ਪੇਂਡੂ ਧਨਾੜ ਚੌਧਰੀਆਂ ਦੀ ਹਿੰਸਾ ਲਈ ਡਟ ਕੇ ਉਹਨਾਂ ਦੇ ਨਾਲ ਖੜਦਾ ਹੈ ਉਹਨਾਂ ਕਿਹਾ ਕਿ ਇਹਨਾਂ ਚੋਣਾਂ ਰਾਹੀਂ ਸਿਰਫ ਪਾਰਟੀ ਬਦਲਣੀ ਹੈ ਤੇ ਇਹ ਨੀਤੀਆਂ ਜਿਉਂ ਦੀਆਂ ਤਿਉਂ ਜਾਰੀ ਰਹਿਣੀਆਂ ਹਨ ਲੋਕਾਂ ਦੇ ਹੱਕ ਖੋਣ ਤੇ ਜਬਰ ਦਾ ਕੁਹਾੜਾ ਚਲਾਉਣ ਵਾਲੇ ਸਾਰੇ ਅਦਾਰੇ ਜਿਉਂ ਦੇ ਤਿਉਂ ਕਾਇਮ ਰਹਿਣੇ ਹਨ ਫੌਜਾਂ ਪੁਲਿਸ ਅਫਸਰਸ਼ਾਹੀ ਅਦਾਲਤਾਂ ਤੇ ਕਾਨੂੰਨ ਨੇ ਵੱਡੇ ਧਨਾਡਾਂ ਦੀ ਰਾਖੀ ਕਰਨੀ ਹੈ ਉਹਨਾਂ ਕਿਹਾ ਕਿ ਲੋਕਾਂ ਕੋਲ ਆਪਣੀ ਰਾਖੀ ਲਈ ਆਪਣੀ ਏਕਤਾ ਦੇ ਜਥੇਬੰਦ ਸੰਘਰਸ਼ ਹਨ ਬੀਤੇ ਸਾਰੇ ਅਮਲ ਨੇ ਇਹੀ ਦਰਸਾਇਆ ਹੈ ਕਿ ਇਸ ਤੋਂ ਬਿਨਾਂ ਲੋਕਾਂ ਦੇ ਹਿੱਤਾਂ ਦੀ ਰਾਖੀ ਹੋਰ ਕੋਈ ਨਹੀਂ ਕਰ ਸਕਦਾ ਉਹਨਾਂ ਵੱਡੀਆਂ ਬਹੁ ਕੌਮੀ ਕੰਪਨੀਆਂ ਸ਼ਾਹੂਕਾਰਾਂ ਜਗੀਰਦਾਰਾਂ ਤੇ ਭੋਏ ਸਰਦਾਰਾਂ ਦੀ ਲੁੱਟ ਦਾ ਸ਼ਿਕਾਰ ਖੇਤ ਮਜ਼ਦੂਰਾਂ ਪੇਂਡੂ ਮਜ਼ਦੂਰਾਂ ਕਿਸਾਨਾਂ ਸਨਅਤੀ ਮਜ਼ਦੂਰਾਂ ਵਿਦਿਆਰਥੀਆਂ ਨੌਜਵਾਨਾਂ ਮੁਲਾਜ਼ਮਾਂ ਦੁਕਾਨਦਾਰਾਂ ਛੋਟੇ ਕਾਰੋਬਾਰੀਆਂ ਤੇ ਛੋਟੇ ਸਨਅਤਕਾਰਾਂ ਨੂੰ ਸੱਦਾ ਦਿੱਤਾ ਹੈ ਕਿ ਹਾਕਮ ਲਾਣੇ ਦੀ ਚੋਣ ਖੇਡ ਮਗਰ ਧੂਹੇ ਜਾਣ ਤੋਂ ਬਚੋ ਆਪਣੀ ਏਕਤਾ ਤੇ ਸੰਘਰਸ਼ ਉਸਾਰੀ ਦੇ ਰਾਹ ਦੀ ਚੋਣ ਕਰੋ ਆਪੋ ਆਪਣੀਆਂ ਜਮਾਤਾਂ ਤਬਕਿਆਂ ਦੀ ਏਕਤਾ ਉਸਾਰੋ ਤੇ ਇੱਕ ਦੂਜੇ ਨਾਲ ਜੋਟੀ ਪਾਓ ਨਿੱਕੀਆਂ ਤੇ ਵਕਤੀ ਮੰਗਾਂ ਤੇ ਚੱਲਦੇ ਸੰਘਰਸ਼ਾਂ ਨੂੰ ਬੁਨਿਆਦੀ ਮਹੱਤਤਾ ਰੱਖਦੇ ਅਹਿਮ ਮੁੱਦਿਆਂ ਤੱਕ ਲੈ ਕੇ ਜਾਓ ਇਸ ਖਾਤਰ ਤਿੱਖੇ ਜ਼ਮੀਨੀ ਸੁਧਾਰ ਲਾਗੂ ਕਰਵਾ ਕੇ ਵਾਧੂ ਜ਼ਮੀਨਾਂ ਬੇਜ਼ਮੀਨਿਆਂ ਤੇ ਥੁੜ ਜ਼ਮੀਨਿਆਂ 'ਚ ਵੰਡਾਉਣ ਕਰਜ਼ਾ ਭਰਨੋ ਅਸਮਰਥ ਕਿਸਾਨਾਂ ਖੇਤ ਮਜ਼ਦੂਰਾਂ ਦੇ ਸੂਦਖੋਰ ਤੇ ਬੈਂਕ ਕਰਜ਼ਿਆਂ ਤੇ ਲੀਕ ਮਰਵਾਉਣ ਸੂਦਖੋਰੀ ਪ੍ਰਬੰਧ ਖਤਮ ਕਰਵਾਉਣ ਸਰਬ ਵਿਆਪਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਵਾਉਣ ਕਾਰਪੋਰੇਟਾਂ ਦੇ ਮੁਨਾਫਿਆਂ ਤੇ ਰੋਕਾਂ ਲਾਉਣ ਠੇਕਾ ਭਰਤੀ ਬੰਦ ਕਰਵਾ ਕੇ ਰੈਗੂਲਰ ਰੁਜ਼ਗਾਰ ਦੀ ਨੀਤੀ ਲਾਗੂ ਕਰਵਾਉਣ ਵਸਤਾਂ ਦੀਆਂ ਕੀਮਤਾਂ ਸਰਕਾਰੀ ਕੰਟਰੋਲ ਹੇਠ ਲਿਆਉਣ ਨਿੱਜੀਕਰਨ ਵਪਾਰੀਕਰਨ ਦੀਆਂ ਨੀਤੀਆਂ ਰੱਦ ਕਰਵਾਉਣ ਬਿਜਲੀ ਸੜਕਾਂ ਤੇ ਹੋਰਨਾਂ ਖੇਤਰਾਂ 'ਚ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਸਮਝੌਤੇ ਰੱਦ ਕਰਨ ਵੱਡੀਆਂ ਕੰਪਨੀਆਂ ਧਨਾਡਾਂ ਤੇ ਵੱਡੀਆਂ ਪੇਂਡੂ ਜਾਇਦਾਦਾਂ ਤੇ ਭਾਰੀ ਟੈਕਸ ਲਾ ਕੇ ਸਰਕਾਰੀ ਖਜ਼ਾਨਾ ਭਰਨ ਵਰਗੇ ਬੁਨਿਆਦੀ ਮਹੱਤਤਾ ਵਾਲੇ ਮੁੱਦਿਆਂ ਵੱਲ ਮੌਜੂਦਾ ਸੰਘਰਸ਼ਾਂ ਨੂੰ ਲੈ ਕੇ ਜਾਈਏ ਉਹਨਾਂ ਕਿਹਾ ਕਿ ਸਰਕਾਰਾਂ ਤੋਂ ਰਿਆਇਤਾਂ ਦੀ ਥਾਂ ਵੱਡੀਆਂ ਜੋਕਾਂ ਤੋਂ ਖੋਣ ਤੱਕ ਦੀ ਅਗਲੀ ਮੰਜ਼ਿਲ ਤੱਕ ਪਹੁੰਚਣ ਲਈ ਮੁਹਿੰਮ ਦੌਰਾਨ ਸੰਘਰਸ਼ਾਂ ਦੀ ਧਾਰ ਨੂੰ ਇਹਨਾਂ ਲੋਕ ਮਾਰੂ ਨੀਤੀਆਂ ਖਿਲਾਫ਼ ਸੇਧਤ ਕਰਨ ਤੇ ਕਮਾਊ ਜਨਤਾ ਦੇ ਸਾਂਝੇ ਸੰਘਰਸ਼ਾਂ ਤੇ ਜੁਝਾਰ ਤਾਕਤ ਦਾ ਕਿਲ੍ਹਾ ਉਸਾਰਨ ਦਾ ਸੰਦੇਸ਼ ਦਿੱਤਾ ਜਾਵੇਗਾ ਉਹਨਾਂ ਅੱਗੇ ਕਿਹਾ ਕਿ ਇਹ ਲੋਕ ਪੱਖੀ ਵਿਕਾਸ ਦਾ ਰਾਹ ਹੈ ਜੋ ਕਿ ਚੋਣਾਂ ਤੇ ਵਿਧਾਨ ਸਭਾਵਾਂ 'ਚੋਂ ਹੋ ਕੇ ਨਹੀਂ ਆਉਂਦਾ ਸਗੋਂ ਲੋਕ ਘੋਲਾਂ 'ਚੋਂ ਨਿਕਲਦਾ ਹੈ ਇਹਨਾਂ ਘੋਲਾਂ ਰਾਹੀਂ ਲੋਕ ਮੌਜੂਦਾ ਲੁਟੇਰੇ ਰਾਜ ਦੇ ਮੁਕਾਬਲੇ ਆਪਣੀ ਪੁਗਤ ਤੇ ਵੁਕਤ ਦੇ ਅਦਾਰੇ ਸਿਰਜਣਗੇ ਅਤੇ ਜ਼ਿੰਦਗੀ ਦੇ ਹਰ ਪਹਿਲੂ 'ਚ ਆਪਣੀ ਸਰਦਾਰੀ ਸਥਾਪਿਤ ਕਰਨ ਦਾ ਰਾਹ ਪੱਧਰਾ ਹੋਵੇਗਾ ਇਸ ਰਾਹ ਨੂੰ ਚੋਣਾਂ ਦੌਰਾਨ ਧੜੱਲੇ ਨਾਲ ਉਭਾਰਿਆ ਜਾਵੇਗਾ ਤੇ ਇਸ ਸੰਦੇਸ਼ ਨੂੰ ਲੈ ਕੇ ਪੰਜਾਬ ਦੇ ਕੋਨੇ ਕੋਨੇ 'ਚ ਵਿਆਪਕ ਜਨਤਕ ਮੁਹਿੰਮ ਰਾਹੀਂ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ ਮੀਟਿੰਗਾਂ ਰੈਲੀਆਂ ਕਾਨਫਰੰਸਾਂ ਮਾਰਚਾਂ ਤੇ ਹੋਰ ਪ੍ਰਚਾਰ ਸਾਧਨਾਂ ਰਾਹੀਂ ਲਾਮਬੰਦੀ ਦਾ ਸਿਲਸਿਲਾ ਚੱਲੇਗਾ ਜਿਸ ਦੇ ਸਿਖਰ ਤੇ ਬਠਿੰਡਾ 'ਚ ਵਿਸ਼ਾਲ ਜਨਤਕ ਕਾਨਫਰੰਸ ਹੋਵੇਗੀ ਮੁਹਿੰਮ ਤੇ ਕਾਨਫਰੰਸ ਜਥੇਬੰਦ ਕਰਨ ਜਾ ਰਹੀ ਇਸ ਕਮੇਟੀ 'ਚ ਝੰਡਾ ਸਿੰਘ ਜੇਠੂਕੇ ਜਗਮੋਹਨ ਸਿੰਘ ਪਟਿਆਲਾ ਸ਼ਿੰਦਰ ਸਿੰਘ ਨੱਥੂਵਾਲਾ ਬੂਟਾ ਸਿੰਘ ਬੁਰਜਕੇ ਲਛਮਣ ਸਿੰਘ ਸੇਵੇਵਾਲਾ ਜੈਲ ਸਿੰਘ ਚੱਪਾ ਅੜਿੱਕੀ ਹਰਿੰਦਰ ਹਰਜਿੰਦਰ ਸਿੰਘ ਲਾਲ ਸਿੰਘ ਗੋਲੇਵਾਲਾ ਗੁਰਮੇਲ ਸਿੰਘ
ਠੁੱਲੀਵਾਲ, ਕਮਲਜੀਤ ਖੰਨਾ, ਨਾਰਾਇਣ ਦੱਤ ਤੇ ਪਵੇਲ ਕੁੱਸਾ ਸ਼ਾਮਲ ਹਨ। ਜਾਰੀਕਰਤਾ ਝੰਡਾ ਸਿੰਘ ਜੇਠੂਕੇ, ਬੂਟਾ ਸਿੰਘ ਬੁਰਜਗਿੱਲ, ਸ਼ਿੰਦਰ ਸਿੰਘ ਨੱਥੂਵਾਲਾ। ਮਿਤੀ 7 ਜਨਵਰੀ 2017। ਹੋਰ ਜੀ, ਜਿੰਨਿਆਂ ਦੇ ਵੀ ਤੁਸੀਂ ਇਹ ਨਾਂ ਲਏ ਆ, ਇਹਨਾਂ ਵਿੱਚੋਂ ਹਰ ਇੱਕ ਜਿਹੜੇ ਸਾਥੀ ਨੇ ਉਹ ਕਿਸੇ ਕਿਸਾਨ ਜਾਂ ਮਜ਼ਦੂਰ ਸੰਘਰਸ਼ ਦੇ ਵਿੱਚ ਬਿਲਕੁਲ ਪੂਰੀ ਤਰ੍ਹਾਂ ਸ਼ਾਮਲ ਨੇ, ਐਕਟਿਵਿਸਟ ਨੇ ਬਿਲਕੁਲ। ਜਿਵੇਂ ਝੰਡਾ ਸਿੰਘ ਜੇਠੂਕੇ ਉਗਰਾਹਾਂ, ਏਕਤਾ ਤੋਂ ਨੇ ਕਿਸਾਨੀ ਨੇ, ਚੋਂ ਬੁਰਜਗਿੱਲ ਸਾਹਿਬ ਸਾਥੀ, ਉਹ ਡਕੌਂਦਾ ਤੋਂ ਨੇ, ਨਾਰਾਇਣ ਦੱਤ ਇਨਕਲਾਬੀ ਕੇਂਦਰ, ਔਰ ਉਹ ਜਿਹੜਾ ਕਿਰਨਜੀਤ ਮਹਿਲ ਕਲਾਂ ਵਾਲਾ ਸਾਰਾ ਸੰਘਰਸ਼ ਸੀਗਾ, ਉਹਦੇ ਚ ਆਗੂ ਸਨ। ਬਿਲਕੁਲ ਬਿਲਕੁਲ ਅਨੂ ਜੀ, ਵੈਸੇ ਵੀ ਜਦੋਂ ਤੁਸੀਂ ਪੜ੍ਹ ਰਹੇ ਸੀਗੇ ਤੇ ਲੋਕ ਘੋਲਾਂ ਦੀ ਗੱਲ ਹੋ ਰਹੀ ਸੀਗੀ, ਜਿਵੇਂ ਸਾਥੀ ਰਣਜੀਤ ਸਿੰਘ ਹੁਣੀ ਕਹਿ ਕੇ ਗਏ ਨੇ ਵੀ ਈਵਨ ਉਹ ਇਲੈਕਸ਼ਨ ਜਿੱਤ ਵੀ ਜਾਂਦੇ ਆ, ਹਾਂਜੀ, ਪਰ ਉਹਨਾਂ ਦੇ ਲੋਕ ਘੋਲ ਜਿਹੜੇ ਚੱਲਦੇ ਰਹਿਣਗੇ। ਔਰ ਜਦੋਂ ਗੱਲਬਾਤ ਕਰ ਰਹੇ ਸੀਗੇ, ਮੇਰੇ ਦਿਮਾਗ 'ਚ ਇਹ ਆ ਰਿਹਾ ਸੀ, ਮੈਂ ਲਿਖ ਵੀ ਲਿਆ ਕਿ ਇਹ ਜਿਹੜਾ ਸਵਰਾਜ ਅਸੀਂ ਕਈ ਵਾਰ ਸੁਣ ਚੁੱਕੇ ਹਾਂ, ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਐਕਚੁਅਲ ਇਹ ਇੰਪਲੀਮੈਂਟੇਸ਼ਨ ਪ੍ਰੈਕਟੀਕਲ ਰੂਪ ਹੈ ਸਵਰਾਜ ਦਾ, ਜਾਂ ਡੈਮੋਕ੍ਰੇਸੀ ਦਾ, ਜਾਂ ਕੋਈ ਉਹਨੂੰ ਨਾਂ ਦੇ ਲਓ, ਮਤਲਬ ਕਿ ਲੋਕਾਂ ਦੇ ਕੰਟਰੋਲ 'ਚ ਹੈ ਸਾਰੀ ਗੱਲਬਾਤ, ਲੋਕਾਂ ਨੇ ਆਪਣੇ ਵਾਸਤੇ ਕੀ ਕਰਨਾ ਉਹ ਖੁਦ ਉਹਦੇ ਕੰਟਰੋਲ ਵਿੱਚ ਨੇ। ਔਰ ਦੂਸਰਾ ਜਿਹੜਾ ਪੁਆਇੰਟ ਕਿ ਉਹ ਜਿੰਨੀਆਂ ਉਹਨਾਂ ਨੇ ਸਕੀਮਾਂ ਦੇ ਨਾਂ ਦਿੱਤੇ, ਉਹ ਭਾਰਤ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਉਹ ਪ੍ਰੋਵਿਜ਼ਨ ਰੱਖੀ ਹੋਈ ਹੈ ਨਾਗਰਿਕਾਂ ਵਾਸਤੇ। ਬਿਲਕੁਲ 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 ਬਿਲਕੁਲ, ਪਰ ਉਹ ਫਿਰ ਵੀ ਦੇ ਨਾਲ ਇੰਪਲੀਮੈਂਟ, ਪਰ ਉਹਨਾਂ ਨੂੰ ਉਹਦੇ ਲਈ ਜਦੋਜਹਿਦ ਬਹੁਤ ਕਰਨੀ ਪੈ ਰਹੀ ਹੈ, ਲੜਨਾ ਪੈ ਰਿਹਾ, ਹਾਲਾਂਕਿ ਉਹ ਹੱਕ ਹੈ ਕਿਉਂਕਿ ਉਹ ਸਿਸਟਮ। ਸੋ ਇਸੇ ਕਰਕੇ ਫਿਰ ਬਾਰ ਬਾਰ ਉਹਨੂੰ ਜੀ ਗੱਲ ਤੇ ਇਹ ਰਹੀ ਕਿ ਪ੍ਰੋਵਿਜ਼ਨ ਤੇ ਆਲਰੇਡੀ ਹੈ ਆ, ਸੋ ਸਿਸਟਮ ਨੂੰ ਬਦਲਣ ਦੀ ਲੋੜ ਹੈ ਨਾ, ਸੋ ਸਿਸਟਮ ਨੂੰ ਚੈਲੰਜ ਕਰਨਾ ਚਾਹੀਦਾ ਰਾਤ ਦਿਨ ਉਹ ਜਿਹੜਾ ਸੁਧਾਰ। ਐਨੀਵੇ, ਸੋ ਵਿੱਚੋਂ ਉਹਨੂੰ ਜੀ ਜਿਹੜੀ ਗੱਲ ਨਿਕਲ ਰਹੀ ਸੀਗੀ ਕਿ ਜਿਹੜੇ ਕੀ ਸ਼ਬਦ ਵਰਤਿਆ ਜਾਵੇ, ਮੌਕਾ ਪ੍ਰਸਤ ਜਾਂ ਨਕਲੀ ਕਿਸਮ ਦੇ, ਜਾਂ ਕੀ ਜਿਹੜੇ ਆਪਣੇ ਆਪ ਨੂੰ ਲੋਕ ਪੱਖੀ ਅਖਵਾਉਂਦੇ ਨੇ ਜਾਂ ਕਾਮਰੇਡ ਅਖਵਾਉਂਦੇ ਨੇ, ਜਿਹੜੇ ਹੁਣ ਯੂ ਟਰਨ ਮਾਰ ਕੇ ਆਪ ਦੇ ਵਿੱਚ ਸ਼ਾਮਲ ਹੋਏ ਜਾਂ ਉਹਨੂੰ ਸਪੋਰਟ ਕਰ ਰਹੇ ਆ, ਜਦੋਂ ਅਸੀਂ ਉਹਨਾਂ ਨੂੰ ਚੈਲੰਜ ਕਰ ਦਾਂਗੇ ਵੀ ਤੁਹਾਡਾ ਇਤਿਹਾਸ ਤੇ ਆਹ ਆ, ਤੁਹਾਡੇ ਕੋਲੇ ਆਪਸ਼ਨ ਆ, ਤੁਹਾਡੇ ਕੋਲੇ ਜਿੱਦਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀਗੀ, ਤੁਹਾਡੇ ਕੋਲੇ CPI ML ਲਿਬਰੇਸ਼ਨ ਆ, CPI ML ਨਿਊ ਡੈਮੋਕ੍ਰੇਸੀ ਆ, ਤੁਹਾਡੇ ਕੋਲ RMPI ਹੈ, ਤੁਹਾਡੇ ਕੋਲੇ CPM ਹੈ, CPI ਹੈ, ਖੱਬੇ ਪੱਖੀਆਂ ਦੀਆਂ ਕਿੰਨੀਆਂ, ਪਰ ਉਹ ਇਹ ਯੂ ਟਰਨ ਮਾਰ ਕੇ ਆਪ ਦੀ ਉਹ ਕਰ ਰਹੇ ਆ। ਔਰ ਜਦੋਂ ਅਸੀਂ ਉਹਨਾਂ ਨੂੰ ਇਸ ਗੱਲ ਤੇ ਚੈਲੰਜ ਕਰਦੇ ਹਾਂ ਤੇ ਉਹਨਾਂ ਦਾ ਅਖੀਰ ਆ ਕੇ ਆਰਗੂਮੈਂਟ ਇੱਥੇ ਮੁੱਕ ਜਾਂਦਾ ਕਿ ਜੀ ਜੇ ਤੁਹਾਨੂੰ ਬਹੁਤਾ ਹੈਗਾ ਤੇ ਤੁਸੀਂ ਸੰਘਰਸ਼ ਇੱਥੇ ਆ ਕੇ ਕਰੋ। ਵੈਸੇ ਵੀ ਆਮ ਆਦਮੀ ਪਾਰਟੀ ਜਿਹੜੀ ਇਸ ਟਾਈਮ ਲਾਈਨ ਆ ਉਹਨਾਂ ਦੀ ਵੀ ਇੱਥੇ ਆਓ, ਵਲੰਟੀਅਰ ਜਿਹੜੇ ਨੇ ਪੰਜਾਬ ਚਲੋ। ਸੋ ਵੈਸੇ ਇੱਕ ਗੱਲ ਵਰਤੀ ਜੀ, ਸ਼ਾਇਦ ਥੋੜਾ ਜਿਹਾ ਸਾਈਡ ਟਰੈਕ ਹੋਣ ਵਾਲਾ ਪੁਆਇੰਟ ਹੈ, ਉਹ ਕਿਹਾ ਜਾ ਰਿਹਾ ਵਲੰਟੀਅਰਸ ਨੇ, ਵਾਕਈ ਵਲੰਟੀਅਰਸ ਨੇ ਜਾਂ ਉਹ ਜਿਸ ਤਰ੍ਹਾਂ ਇੰਨੀ ਗਿਣਤੀ 'ਚ ਬਾਹਰਲੇ ਦੇਸ਼ਾਂ 'ਚੋਂ ਪੰਜਾਬ ਗਏ ਨੇ, ਉਹ ਫੰਡਡ ਹੈ ਜਾਂ ਆਪਣਾ ਖਰਚਾ, ਸ਼ਾਇਦ ਆਪਣੇ ਖਰਚੇ 'ਤੇ ਗਏ ਵੀ ਹੋਣਗੇ, ਮੇਰੇ ਕੋਲ ਕੋਈ ਸਬੂਤ ਜਾਂ ਤੱਥ ਨਹੀਂ ਹੈ, ਐਵੀਡੈਂਸ ਨਹੀਂ ਹੈ ਜਿਹਦੇ ਆਧਾਰ 'ਤੇ ਮੈਂ ਗੱਲ ਕਰ ਰਹੀ ਹਾਂ, ਜਸਟ ਮੇਰੇ ਦਿਮਾਗ 'ਚ ਇੱਕ ਪ੍ਰਸ਼ਨ ਆਇਆ। ਬਿਲਕੁਲ ਜੀ, ਟਾਈਮ ਆਉਣ ਦਿਓ, ਇਹ ਸਾਰਾ ਕੁਝ ਬਾਹਰ ਆਊਗਾ, ਕਿਉਂਕਿ ਸਾਨੂੰ ਬਿਲਕੁਲ ਇਸ ਚੀਜ਼ ਦਾ ਪਤਾ ਕਿ ਵਿੱਚੋਂ ਵਿੱਚ ਕੀ ਚੱਲ ਰਿਹਾ ਹੈ, ਪਰ ਟਾਈਮ ਦੇ ਨਾਲ ਇਹ ਸਾਰੀਆਂ ਲੋਕਾਂ ਤੱਕ ਗੱਲਾਂ ਪਹੁੰਚਣਗੀਆਂ। ਪਰ ਉਹ ਗੱਲ ਕਰ ਰਿਹਾ ਸੀ ਕਿ ਜਦੋਂ ਉਹਨਾਂ ਨੂੰ ਚੈਲੰਜ ਕੀਤਾ ਜਾਂਦਾ, ਉਹ ਕਹਿੰਦੇ ਵੀ ਤੁਸੀਂ ਹਿੰਦੁਸਤਾਨ ਆ ਕੇ, ਔਰ ਬੜੀ ਸ਼ਿੱਦਤ ਦੇ ਨਾਲ ਉਹਨਾਂ ਨੂੰ ਗੱਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਨਿਊਜ਼ੀਲੈਂਡ ਦੇ ਵਿੱਚ ਵੀ ਉਹੋ ਜਿਹੇ ਸੰਘਰਸ਼ ਨੇ, ਇੱਥੇ ਵੀ ਲੋਕਾਂ ਦੇ ਵਿੱਚ ਗਰੀਬੀ ਹੈ, ਇੱਥੇ ਵੀ ਜਿਹੜੇ ਮਿਲ ਨਰਿਸ਼ ਜਿਹੜੇ ਨੇ ਬੱਚੇ ਨੇ ਜਿਨ੍ਹਾਂ ਦੇ ਘਰ ਦੇ ਕੰਮ ਕਰਦੇ ਆ, ਪ੍ਰੋਪਰਟੀ ਦਾ ਜਿਹੜਾ ਬਿਜ਼ਨਸ ਕਿਵੇਂ ਹਾਈਪ ਅਪ ਕੀਤਾ ਗਿਆ,
ਔਰ ਫਿਰ ਅਸੀਂ ਇਹਨੂੰ ਜੀ ਬਿਲਕੁਲ ਮੈਂ ਗੱਲ ਇਸ ਕਰਕੇ ਜੋੜਨੀ ਚਾਹੁੰਦਾ ਸੀਗਾ ਕਿ ਮੇਰੇ ਸਾਥੀ ਨੇ ਮੁੰਬਈ ਦੇ ਵਿੱਚ ਸੀ ਸ਼ੇਖਰ ਹੁਣੀ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ ਉਹ ਦੱਸ ਰਹੇ ਸੀਗੇ ਕਿ ਕਿਸ ਤਰੀਕੇ ਨਾਲ ਉਹਨਾਂ ਦਾ ਸੰਘਰਸ਼ ਹੈ ਜਿਹੜੇ ਮੁੰਬਈ ਦੇ ਵਿੱਚ ਜਿਹੜੇ ਸਲਮਸ ਨੇ ਝੁੱਗੀਆਂ ਝੌਂਪੜੀਆਂ ਨੇ ਉਹ ਸਰਮਾਏਦਾਰ ਆ ਕੇ ਉੱਥੇ ਆਪਣੀ ਵੱਡੀਆਂ ਵੱਡੀਆਂ ਜਿਹੜੇ ਫਲੈਟ ਬਣਾਉਣਾ ਚਾਹੁੰਦੇ ਨੇ ਅਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਡਿਸਪਲੇਸ ਉਹਨਾਂ ਨੂੰ ਮਾਰ ਕੁੱਟ ਕੇ ਉਹਨਾਂ ਦੀਆਂ ਝੁੱਗੀਆਂ ਢਾਈਆਂ ਜਾਂਦੀਆਂ ਇਹ ਰੋਜ਼ਮਰਾ ਦਾ ਕੰਮ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਅਗੇਂਸਟ ਉਹ ਸੰਘਰਸ਼ ਲੜਦੇ ਆ ਸੋ ਦੋਸਤੋ ਇੱਥੇ ਵੀ ਹਾਲਾਤ ਬਿਲਕੁਲ ਉਹੋ ਜਿਹੇ ਨੇ ਚਾਹੇ ਜਿਹੜੀ ਸਪੀਡ ਆ ਨਵਉਦਾਰਵਾਦ ਦੀ ਉਹ ਥੋੜ੍ਹੀ ਜਿਹੀ ਹੌਲੀ ਹੋਊਗੀ ਸ਼ਾਇਦ ਕਿਉਂਕਿ ਜਿਹੜੇ ਪਹਿਲਾਂ ਦੇ ਜਿਹੜੀ ਵੈਲਫੇਅਰ ਸਟੇਟ ਵਾਲੇ ਜਿਹੜੇ ਸਿਸਟਮ ਨੇ ਉਹਨਾਂ ਨੂੰ ਖਤਮ ਕਰਨ ਵਾਸਤੇ ਸ਼ਾਇਦ ਉਹਨਾਂ ਨੂੰ ਟਾਈਮ ਲੱਗੇ ਪਰ ਮਸਲੇ ਨਿਊਜ਼ੀਲੈਂਡ ਦੇ ਵਿੱਚ ਵੀ ਬਿਲਕੁਲ ਉਹੋ ਜਿਹੇ ਨੇ ਜਿਹੜਾ ਅਸੀਂ ਇੱਕ ਸੰਘਰਸ਼ ਵਾ ਜਿਹੜਾ ਗਲੈਨਿਨਿਸ ਦੇ ਵਿੱਚ ਅਸੀਂ ਬਹੁਤ ਸਾਲਾਂ ਤੋਂ ਉਹਦੇ ਵਿੱਚ ਸ਼ਾਮਿਲ ਹਾਂ ਔਰ ਕਿਸ ਤਰੀਕੇ ਦੇ ਨਾਲ ਜਿਹੜੀਆਂ ਪ੍ਰਾਈਵੇਟ ਡਿਵੈਲਪਰ ਨੇ ਉਸ ਜਿਹੜਾ ਏਰੀਆ ਆ ਕਿਉਂਕਿ ਸਿਟੀ ਦੇ ਲਾਗੇ ਆ ਉੱਥੇ ਜਿਹੜੇ ਕਈ ਕਈ ਤੀਹ ਤੀਹ ਚਾਲੀ ਸਾਲਾਂ ਦੇ ਵਿੱਚ ਜਿਹੜੇ ਸਟੇਟ ਜਿਹੜੇ ਘਰ ਨੇ ਉਹਦੇ ਵਿੱਚ ਰਹਿੰਦੇ ਆ ਰਹੇ ਆ ਔਰ ਉਹਨਾਂ ਨੂੰ ਢਾਹ ਕੇ ਉੱਥੇ ਜਿਹੜੇ ਮਾਡਰਨ ਫਲੈਟ ਬਣਾਏ ਜਾਣਗੇ ਉਹਨਾਂ ਨੂੰ ਲੋਕਾਂ ਨੂੰ ਉੱਥੋਂ ਜਿਹੜੇ ਆ ਉਹਨਾਂ ਨੂੰ ਕੱਢਿਆ ਜਾ ਰਿਹਾ ਵਰਕਿੰਗ ਕਲਾਸ ਦੇ ਲੋਕਾਂ ਨੂੰ ਔਰ ਅਨੁਜ ਤੁਸੀਂ ਉਹ ਜਿਹੜਾ ਸੰਘਰਸ਼ ਆ ਉਹਦੀ ਔਰ ਮੈਂ ਉਹਨਾਂ ਨੂੰ ਸਿਰਫ ਜਿਹੜੇ ਫੇਕ ਕਾਮਰੇਡ ਨੇ ਉਹਨਾਂ ਨੂੰ ਮੈਂ ਇਹ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਿਸ ਤਰੀਕੇ ਦੇ ਸੰਘਰਸ਼ ਇਸ ਮੁਲਕ ਦੇ ਵਿੱਚ ਵੀ ਹੈ ਹਾਂ ਅਸੀਂ ਤੁਹਾਡੇ ਨਾਲ ਇਹ ਵੀ ਵਾਅਦਾ ਕਰਦੇ ਹਾਂ ਕਿ ਅਸੀਂ ਗਦਰੀ ਬਾਬਿਆਂ ਤੋਂ ਅਸੀਂ ਬਹੁਤ ਪ੍ਰਭਾਵਿਤ ਹਾਂ ਅਸੀਂ ਹਿੰਦੁਸਤਾਨ ਵੀ ਆਵਾਂਗੇ ਪਰ ਇੱਦਾਂ ਨਹੀਂ ਜਿੱਦਾਂ ਦੇ ਹੁਣ ਜਿਹੜੇ ਵਲੰਟੀਅਰ ਸਾਡੇ ਚਾਰ ਦਿਨ ਉੱਥੇ ਜਾ ਕੇ ਜਿਸ ਤਰੀਕੇ ਨਾਲ ਕੰਮ ਕਰ ਰਹੇ ਨੇ ਸਾਡਾ ਇੱਕ ਆਉਣ ਦਾ ਵੱਖਰਾ ਸਮਾਂ ਕੋਈ ਹੁੰਦਾ ਹੈ ਕਿ ਸਰਕਮਸਟੈਂਸਸ ਬਣਦੇ ਨੇ ਕਿ ਕਦੋਂ ਠੀਕ ਸਮਾਂ ਹੈ ਕਿਹੜਾ ਕੰਮ ਕਰਨਾ ਉਹ ਵੀ ਇੱਕ ਗੱਲ ਔਰ ਨਾਲੇ ਵੋਟਾਂ ਵਾਲੇ ਤੇ ਵੈਸੇ ਹੀ ਇਹ ਡਰਾਮਾ ਸਾਰਾ ਕੁਝ ਸਾਨੂੰ ਪਤਾ ਹੈ ਇੱਕ ਇੱਕ ਲੰਬਾ ਜਿਹੜਾ ਸੰਘਰਸ਼ ਹੈ ਅਸੀਂ ਉਹਦੇ ਵਾਸਤੇ ਆ ਕੇ ਆਪਣੇ ਤਰੀਕੇ ਦਾ ਕੰਟਰੀਬਿਊਟ ਕਰਾਂਗੇ ਪਰ ਇਹਦਾ ਮਤਲਬ ਇਹ ਨਹੀਂ ਕਿ ਜੋ ਇੱਥੇ ਚੱਲ ਰਿਹਾ ਉਹਦੇ ਵਿੱਚ ਅਸੀਂ ਹਾਂਜੀ ਇਹ ਜੀ ਆਉਣ ਵਾਲੇ ਕੱਲ੍ਹ ਯਾਨੀ ਕਿ 17 ਜਨਵਰੀ ਨੂੰ ਸ਼ਾਮ 6 ਵਜੇ ਤੋਂ 8 ਵਜੇ ਗਲੈਨ ਇਨਸ ਦੇ ਵਿੱਚ ਇਹ ਇੱਕ ਇਹਨੂੰ ਓਕਿਊਪੇਸ਼ਨ ਜਾਂ ਪ੍ਰੋਟੈਸਟ ਕਹਿ ਸਕਦੇ ਹਾਂ ਆਪਾਂ ਨਿੱਕੀ ਰਾਉਟੀ ਔਰਤ ਨੇ ਉਹਨਾਂ ਦੀ ਮੇਰੇ ਖਿਆਲ 66 ਸਾਲ ਏਜ ਹੈ ਉਹਨਾਂ ਦੀ 60 ਤੋਂ ਉੱਪਰ ਏਜ ਉਹਨਾਂ ਦੀ ਬਜ਼ੁਰਗ ਔਰਤ ਹੈ ਪਰ ਉਮਰ ਤੋਂ ਬਜ਼ੁਰਗ ਨੇ ਪਰ ਮੈਂਟਲੀ ਫਿਜ਼ੀਕਲੀ ਬਹੁਤ ਜਵਾਨ ਨੇ ਉਹ ਬਹੁਤ ਜੁਝਾਰੂ ਔਰਤ ਹੈ ਇਹ ਗਲੈਨ ਇਨਸ ਵਿੱਚ ਹਮੇਸ਼ਾ ਇਹ ਰਹੇ ਨੇ ਤੋ ਸਟੇਟ ਹੋਮ ਹੈ 2 ਵਾਰੀ ਆਲਰੇਡੀ ਕੋਸ਼ਿਸ਼ ਹੋ ਚੁੱਕੀ ਹੈ ਇਹਨਾਂ ਨੂੰ ਇਵਿਕਟ ਕਰਨ ਦੀ ਉਸ ਘਰ ਵਿੱਚੋਂ ਇਸ ਲਈ ਕਿ ਜਿਸ ਤਰ੍ਹਾਂ ਭਾਰਤੀ ਜੀ ਨੇ ਦੱਸਿਆ ਕਿ ਉਹ ਜਿਹੜਾ ਏਰੀਆ ਉੱਥੇ ਉਹ ਸਾਰੇ ਜਿਹੜੇ ਸਟੇਟ ਹੋਮਸ ਨੇ ਜਿਹੜੇ ਸਰਕਾਰੀ ਘਰ ਨੇ ਉਹਨਾਂ ਨੂੰ ਢਾਹ ਕੇ ਅਤੇ ਮਾਡਰਨ ਤਰੀਕੇ ਦੇ ਘਰ ਬਣਾਉਣਾ ਚਾਹੁੰਦੇ ਨੇ ਪਰ ਉਹਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਹੈ ਕਿ ਘਰ ਮਾਡਰਨਾਈਜ਼ ਹੋਣ ਪਰ ਉਹ ਪ੍ਰਾਈਵੇਟ ਹੋਣਗੇ ਉਹਨਾਂ ਵਾਸਤੇ ਨਹੀਂ ਹੋਣਗੇ ਘਰ ਉਹ ਓਬਵੀਅਸਲੀ ਕਿਉਂਕਿ ਉਹ ਗਰੀਬ ਲੋਕ ਨੇ ਉਹ ਅਫੋਰਡ ਨਹੀਂ ਕਰ ਸਕਦੇ ਸੋ ਉਹ ਜਿਹੜੇ ਲੋਕ ਲੋੜਵੰਦ ਜਿਹੜੇ ਸਟੇਟ ਹੋਮਸ 'ਚ ਰਹਿੰਦੇ ਨੇ ਉਹਨਾਂ ਨੂੰ ਉੱਥੋਂ ਕੱਢ ਕੇ ਔਰ ਰੀਹਾਊਸ ਕਰਨ ਦੇ ਕੋਈ ਬਹੁਤ ਜ਼ਿਆਦਾ ਉਪਰਾਲੇ ਨਹੀਂ ਕੀਤੇ ਜਾ ਰਹੇ ਉਹਨਾਂ ਨੂੰ ਵੈਸੇ ਵੀ ਜਿਹੜੀ ਕਮਿਊਨਿਟੀ 'ਚ ਕੋਈ ਰਹਿੰਦਾ ਅਗਰ ਉੱਥੇ ਖੁਸ਼ ਹੈ ਉਹਨੂੰ ਤੁਸੀਂ ਜ਼ਰੂਰ ਉੱਥੋਂ ਅਪਰੂਟ ਕਰਨਾ ਖੈਰ ਇਹ ਨਿੱਕੀ ਨੂੰ ਕੋਰਟ ਵੱਲੋਂ ਆਰਡਰ ਲਏ ਨੇ ਉਹਨਾਂ ਨੇ ਸਟੇਟ ਹੋਮਸ ਵਾਲਿਆਂ ਨੇ ਸੋ 2 ਵਾਰੀ ਪਹਿਲੇ ਕੋਸ਼ਿਸ਼ ਹੋ ਚੁੱਕੀ ਉਹਨਾਂ ਨੂੰ ਉੱਥੋਂ ਕੱਢਣ ਦੀ ਪਰ ਨਿੱਕੀ ਦੇ ਜਿਹੜੇ ਜੁਝਾਰੂ ਸਾਥੀ ਨੇ ਉਹਨਾਂ ਨੇ ਦੋਨੋਂ ਵਾਰੀ ਮਿਲ ਕੇ ਉਹ ਇਵਿਕਸ਼ਨ ਜਿਹੜੀ ਰੋਕੀ ਹੈ ਇੱਥੋਂ ਤੱਕ ਕਿ ਕਾਫੀ ਸਾਰੇ ਲੋਕ ਜਿਹੜੇ ਨੇ ਉਹ
ਸੜਕਾਂ ਤੇ ਉੱਥੇ ਲੇਟ ਜਾਂਦੇ ਨੇ ਕਿ ਸਾਡੇ ਉੱਪਰੋਂ ਦੀ ਤੁਸੀਂ ਆਪਣੇ ਬੁਲਡੋਜ਼ਰ ਜਾਂ ਚਲਾ ਕੇ ਜਾਓਗੇ, ਗੱਡੀਆਂ ਚਲਾ ਕੇ ਜਾਓਗੇ ਤਾਂ ਘਰ ਤੱਕ ਪਹੁੰਚੋਗੇ। ਬਿਲਕੁਲ ਅਰੁਣ ਜੀ, ਉਹਦੇ ਵਿੱਚ ਇੰਨੀ ਕਿੰਨੀ ਵਧੀਆ ਗੱਲ ਲਾਸਟ ਟਾਈਮ ਜਦੋਂ ਸਾਥੀਆਂ ਨੇ ਸੰਘਰਸ਼ ਕੀਤਾ, ਕਿਉਂਕਿ ਜਿਹੜੇ ਉੱਥੇ ਬੁਲਡੋਜ਼ਰ ਤੇ ਜਿਹੜੇ ਟਰੱਕਾਂ ਟਰੱਕ ਵਾਲੇ ਨੇ ਉਹ ਵੀ ਕਾਮੇ ਨੇ, ਹਾਂਜੀ ਵਰਕਿੰਗ ਕਲਾਸ ਨੇ ਸਾਡੇ ਵਰਗੇ, ਵਰਕਿੰਗ ਕਲਾਸ ਨੇ, ਔਰ ਉਹਨਾਂ ਨੇ ਜਦੋਂ ਸਾਥੀਆਂ ਦੀ ਗੱਲਬਾਤ ਸਾਰੀ ਸੁਣੀ, ਉਹਨਾਂ ਜਿਹੜੀ ਸਿੰਪਥੀ ਸੀਗੀ ਉਹ ਸਾਰੀ ਦੀ ਸਾਰੀ ਸਾਡੇ ਨਾਲ ਸੀਗੀ। ਔਰ ਬਿਲਕੁਲ, ਔਰ ਇਹੀ ਜਿਹੜੀ ਗੱਲ ਹੈ ਕਿ ਜਿਹੜੇ ਹੋਰ ਭਾਰਤ ਦੇ ਸਰੋਤੇ ਉਹਨਾਂ ਨੂੰ ਦੱਸਦੀ ਹੈ ਕਿ ਇੱਥੇ ਜਿਹੜੀ ਇੱਕ ਮਾਈਨ ਵਾ, ਜਿਹੜੀ ਆਪਾਂ ਕੀ ਕਹਾਂਗੇ ਪੰਜਾਬੀ ਚ, ਚਾਰ ਸਾਲ ਹੋ ਚੁੱਕੇ ਆ ਤੇ ਵਿੱਚ ਹੀ ਉਹ ਸਾਰੇ ਫੌਤ ਹੋ ਗਏ ਆ, ਤੇ ਉਹ ਜਿਹੜੇ ਉਹਨਾਂ ਦੇ ਮ੍ਰਿਤਕ ਸਰੀਰ ਉਹਨਾਂ ਦੇ ਕੱਢਣ ਤੋਂ ਸਰਕਾਰ ਇਨਕਾਰ ਕਰ ਰਹੀ ਹੈ ਪਰ ਉਹ ਜਿਹੜੇ ਉਹਨਾਂ ਦੇ ਭੈਣ ਭਰਾ ਜਿਹੜੇ ਮਾਂ ਪਿਓ ਨੇ ਉਹਨਾਂ ਦਾ ਉਦੋਂ ਤੱਕ ਉਹਨਾਂ ਦਾ ਉਹਨਾਂ ਨੂੰ ਤਸੱਲੀ ਨਹੀਂ ਹੋਣੀ ਜਦੋਂ ਤੱਕ ਉਹਨਾਂ ਦੇ ਨਹੀਂ ਦੇਖ ਸਕਦੇ। ਔਰ ਜਿਹੜੀ ਇਹ ਸਰਕਾਰ, ਸਰਮਾਏਦਾਰੀ ਸਰਕਾਰ ਹੈ, ਉਹਨੂੰ ਮਾਈਨ ਨੂੰ ਹਮੇਸ਼ਾ ਦੇ ਲਈ ਉਹਨੂੰ ਬੰਦ ਕਰਨ ਜਾ ਰਹੀ ਹੈ। ਔਰ ਅਨੂ ਜੀ, ਕਮਾਲ ਦੀ ਗੱਲ ਇਹ ਹੈ ਕਿ ਉਹ ਇਹ ਸਾਰੇ ਸੰਘਰਸ਼ ਦੇ ਵਿੱਚ ਆਪਣੀ ਸਾਥੀ ਹੈਲਨ ਕੈਲੀ ਨੇ ਬਹੁਤ ਤਕੜਾ ਇਹਨੂੰ ਸੰਘਰਸ਼ ਦਿੱਤਾ, ਉਹਨਾਂ ਦੇ ਪੇਰੈਂਟਸ ਦੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਮਿਲ ਕੇ। ਚਲੋ, ਹੈਲਨ ਕੈਲੀ ਸਾਡੇ ਨਾਲ ਨਹੀਂ ਹੈਗੇ, ਸਲਾਮ ਉਹਨਾਂ ਨੂੰ। ਹੈਲਨ ਕੈਲੀ ਸਾਰਿਆਂ ਨੂੰ ਦੱਸਦੀ ਕਿ ਇੱਥੇ ਜਿਹੜੀ ਕਾਉਂਸਲ ਆਫ ਟ੍ਰੇਡ ਯੂਨੀਅਨਸ ਹੈ ਉਹਨਾਂ ਦੇ ਉਹ ਸੈਕਰਟਰੀ ਸਨ ਪਹਿਲੇ, ਹਾਂਜੀ, ਫਿਰ ਉਹਨਾਂ ਦੀ ਸਿਹਤ ਖਰਾਬ ਹੋਣ ਕਰਕੇ ਉਹ ਅਹੁਦਾ ਉਹਨਾਂ ਨੇ ਛੱਡਿਆ, ਪਰ ਉਹ ਜਿਹੜੇ ਪਾਈਕ ਰਿਵਰ ਮਾਈਨ ਵਾਲੇ ਪਰਿਵਾਰ ਉਹਨਾਂ ਨਾਲ ਫਿਰ ਵੀ ਉਹਨਾਂ ਨੇ ਸਪੋਰਟ ਦਿੱਤੀ ਅਖੀਰ ਤੱਕ। ਔਰ ਆਖਰੀ ਵਕਤ ਹੈਲਨ ਕੈਲੀ ਜਦ ਬਿਮਾਰ ਸਨ, ਉਹ ਪਰਿਵਾਰ ਉਹਨਾਂ ਦੀ ਦੇਖਭਾਲ ਸਭ ਤੋਂ ਜ਼ਿਆਦਾ ਕੀਤੀ। ਖੈਰ ਉਹਨਾਂ ਦਾ ਆਪਣੀ ਇਮੀਜੀਏਟ ਫੈਮਿਲੀ ਵੀ ਹੈ, ਪਰ ਉਹ ਪਾਈਕ ਰਿਵਰ ਮਾਈਨ ਵਾਲੇ ਪਰਿਵਾਰਾਂ ਨੇ ਉਹਨਾਂ ਦੀ ਬਹੁਤ ਲੁੱਕ ਆਫਟਰ ਕੀਤੀ ਆਖਰੀ ਸਮੇਂ। ਬਿਲਕੁਲ। ਉਸ ਵਾਰ ਜੀ, ਜਿਹੜੇ ਉਹ ਜਿਹੜੇ ਟਰੱਕ ਨੇ, ਜਿਹੜੇ ਉਹ ਰੋ ਮਟੀਰੀਅਲ ਜਿਹੜਾ ਸੀਮੈਂਟ ਵਗੈਰਾ ਉਹਨੂੰ ਖਾਣ ਨੂੰ ਬੰਦ ਕਰਨ ਵਾਸਤੇ ਉੱਥੇ ਲਿਆ, ਉਹ ਪਹਿਲਾਂ ਰੋ ਮਟੀਰੀਅਲ ਹੋਊਗਾ ਤਦੀ ਖਾਣ ਬੰਦ ਹੋਊਗੀ ਨਾ, ਪਰ ਕੋਈ ਵੀ ਜਿਹੜੀ ਟਰੱਕਿੰਗ ਕੰਪਨੀ ਹੈ ਉਹ ਉੱਥੇ ਕੰਮ ਕਰਨ ਨੂੰ ਤਿਆਰ ਨਹੀਂ ਹੈ, ਕਿਉਂਕਿ ਇੱਕ ਹਿਊਮੈਨਿਟੇਰੀਅਨ ਇਸ਼ੂ ਹੈ, ਟੋਟਲੀ ਇਨਸਾਨੀਅਤ ਦੇ ਖਿਲਾਫ ਜਾਂਦੀ ਹੈ ਇਹ ਗੱਲ। ਔਰ ਕਾਮਿਆਂ ਨੂੰ ਕਾਮਿਆਂ ਦੇ ਖਿਲਾਫ ਜੇ ਲੜਾਇਆ ਜਾਊਗਾ ਜਦੋਂ ਇਹ ਨਾਲ ਖੜ ਜਾਣਗੇ ਤੇ ਕੋਈ ਵੀ ਇਹਨਾਂ ਦੇ ਜਿਹੜੇ ਏਜੰਡੇ ਆ ਉਹ ਨਹੀਂ ਹੋਣਗੇ ਜੀ। ਤੋਂ ਇਹ ਜੀ, ਆਉਣ ਵਾਲੇ ਕੱਲ ਸ਼ਾਮ ਨੂੰ 6 ਵਜੇ ਤੋਂ 8 ਵਜੇ ਤੁਸੀਂ ਪਹੁੰਚਣਾ ਹੈ ਗਲੈਨ ਇਨਸ ਟਾਊਨਸ਼ਿਪ, ਕਾਰਨਰ ਆਫ ਲਾਈਨ ਰੋਡ ਐਂਡ ਵੈਸਟ ਟਮਕੀ ਡਰਾਈਵ। ਤੋਂ ਇੱਥੇ, ਕਿਉਂਕਿ ਕੱਲ ਫਿਰ ਕੋਸ਼ਿਸ਼ ਹੋਣ ਜਾ ਰਹੀ ਹੈ ਕਿ ਨਿੱਕੀ ਨੂੰ ਉਹਦੇ ਘਰ ਚੋਂ ਕੱਢ ਦਿੱਤਾ ਜਾਵੇ ਤਾਂ ਕਿ ਉਹ ਘਰ ਜਿਹੜਾ ਉਹਨੂੰ ਫਿਰ ਡਿਮੋਲਿਸ਼ ਕਰ ਦਿੱਤਾ ਜਾਵੇ, ਢਾ ਦਿੱਤਾ ਜਾਵੇ। ਤੋਂ ਸਾਰਿਆਂ ਨੂੰ ਸੱਦਾ ਹੈ ਕਿ ਪਰਿਵਾਰਾਂ ਸਮੇਤ ਤੁਸੀਂ ਉੱਥੇ ਆਓ ਤਾਂ ਕਿ ਅਸੀਂ ਮਿਲ ਜੁਲ ਕੇ ਇਹ ਜਿਹੜੀ ਇਵਿਕਸ਼ਨ ਹੈ ਰੋਕ ਸਕੀਏ, ਕਿਉਂਕਿ ਉਹ ਬਜ਼ੁਰਗ ਔਰਤ ਜਿਹੜੀ ਹਮੇਸ਼ਾ ਉੱਥੇ ਹੀ ਰਹੀ ਹੈ, ਔਰ ਕੋਈ ਵਜ੍ਹਾ ਨਹੀਂ ਹੈ ਕਿ ਲੋਕਾਂ ਨੂੰ ਉੱਥੋਂ ਤੁਸੀਂ ਅਪਰੂਟ ਕਰੋ, ਡਿਸਪਲੇਸ ਕਰੋ, ਸਿਰਫ ਇੱਕ ਮੁਨਾਫਾਖੋਰੀ ਦੇ ਨਾਂ ਤੇ ਇਹ ਲੋਕ ਕਰਨਾ ਚਾਹੁੰਦੇ ਨੇ। ਤੋਂ ਇਹ ਚੀਜ਼ ਜਿਹੜੇ ਪਹਿਲਾਂ ਜਿਹੜੇ ਫਲੈਟ ਬਣੇ ਹੋਏ ਆ ਵਿੱਚੋਂ ਅੱਧੇ ਤੇ ਖਾਲੀ ਪਏ ਇੰਟਰੋਡਕਸ਼ਨ। ਬਿਲਕੁਲ ਬਿਲਕੁਲ, ਸਾਡੇ ਕੋਲ 2 ਮਿੰਟ ਬਾਕੀ ਨੇ ਜੀ। ਇਹ ਸਰੋਤਿਓ ਸਾਡੇ ਨਾਲ ਬਿਲਕੁਲ ਇਦਾਂ ਹੀ ਜੁੜੇ ਰਹਿਣਾ, ਸਾਥੀ ਕੁਲਦੀਪ ਸਿੰਘ ਤੇ ਸਾਹਿਬ ਸਿੰਘ ਹੁਣਾਂ ਦੀ ਮਿਹਰਬਾਨੀ ਨਾਲ, ਕਿਉਂਕਿ ਉਹ ਇੰਡੀਆ ਗਏ ਹੋਏ ਨੇ। ਜਿਹੜਾ ਅਗਲਾ ਜਿਹੜਾ ਪ੍ਰੋਗਰਾਮ ਪੰਥਕ ਵਿਚਾਰ ਮੰਚ ਵੱਲੋਂ ਪੇਸ਼ ਹੁੰਦਾ ਹੈ ਉਹ ਵੀ ਅਸੀਂ ਹੀ ਪੇਸ਼ ਕਰਾਂਗੇ। ਔਰ ਜਿਹੜਾ ਮੁੱਦਾ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ, ਜਿਹੜਾ ਖਾਸ ਕਰਕੇ ਹਿੰਦੁਸਤਾਨ ਦੇ ਜਿਹੜਾ ਪ੍ਰਭਾਵ ਆ ਉਹ ਮੇਨ ਕਿਸਾਨਾਂ ਤੇ ਮਜ਼ਦੂਰਾਂ ਨੂੰ, ਜਿਹੜੀ ਵਰਕਿੰਗ ਕਲਾਸ ਆ ਉਹਨੂੰ ਪਿਆ ਨੋਟਬੰਦੀ ਦਾ, ਔਰ ਕਿਸ ਤਰੀਕੇ ਨਾਲ ਇੰਟਰਨੈਸ਼ਨਲ ਜਿਹੜੀਆਂ ਤਾਕਤਾਂ ਨੇ ਸਾਰੇ ਮਸਲੇ ਦੇ ਵਿੱਚ ਸ਼ਾਮਿਲ ਨੇ, ਉਹ ਅਸੀਂ ਇਹਦਾ ਡਿਟੇਲ ਅਨਾਲਿਸਿਸ ਕਰਾਂਗੇ ਜੀ।
ਜੀ ਇਸ ਤਰ੍ਹਾਂ ਤੁਸੀਂ ਸਾਡੇ ਨਾਲ ਬਣੇ ਰਹਿਣਾ ਅਸੀਂ 6 ਫੋਨ ਸਾਨੂੰ ਕਰ ਸਕਦੇ ਆ ਉਹ ਪੈਂਫਲੇਟ ਲੈਣ ਵਾਸਤੇ ਹਾਂਜੀ ਬਿਲਕੁਲ ਜੀ ਇਹ ਅਗਲਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਸਟੂਡੀਓ 'ਚ ਸਾਨੂੰ ਕਾਲ ਕਰ ਸਕਦੇ ਹੋ 815-8100 'ਤੇ ਕਾਲ ਕਰ ਸਕਦੇ ਹੋ ਤੋ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੁਬਾਰਾ ਅਸੀਂ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਸਲਾਮ ਆਖਦੇ ਹਾਂ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinqilab